ਹਾਂਜੀ ਸਰੋਤਿਓ, ਬੱਲੇ ਬੱਲੇ ਫਿਲਮ ਜਨ ਰਿਕਾਰਡ ਤੋਂ ਮੈਂ ਰਜੇਸ਼ ਚੋਪੜਾ ਅੱਜ ਜੀ ਤੁਹਾਨੂੰ ਬਹੁਤ ਵਧੀਆ ਬਜ਼ੁਰਗਾਂ ਨਾਲ ਮਿਲਾਉਣਾ। ਮੈਂ ਇਹ ਕਮਰੇ ਦਾ ਜਿਹੜਾ ਦ੍ਰਿਸ਼ ਹੈ, ਮਾਤਾ ਜੀ ਬੈਠੇ ਨੇ ਔਰ ਇੱਧਰ ਬਜ਼ੁਰਗ ਬੈਠੇ ਨੇ, ਇੱਧਰ ਇਹਨਾਂ ਦੇ ਬੇਟਾ ਜੀ ਬੈਠੇ ਨੇ ਅਤੇ ਉੱਧਰ ਉਹਨਾਂ ਦੀ ਨੂੰਹ ਰਾਣੀ ਬੈਠੀ ਹੈ ਜੀ। ਬਹੁਤ ਹੀ ਵਧੀਆ ਦ੍ਰਿਸ਼ ਹੈ ਜੀ। ਇਹ ਦੁੱਧ ਛੱਕ ਰਹੇ ਨੇ ਜੀ। ਮਾਤਾ ਜੀ ਕਿਆ ਪੀ ਰਹੇ ਹੋ? ਦੁੱਧ ਪੀਂਦੇ ਨੇ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ। ਔਰ ਇਹ ਦੇਖੋ ਉਹਨਾਂ ਦੀ ਕਿਆ ਸੋਹਣਾ ਸੀਨ ਹੈ। ਬੇਟਾ ਜੀ ਬੈਠੇ ਨੇ ਕੋਲ, ਫੈਮਿਲੀ ਪੂਰੀ ਬੈਠੀ ਹੈ ਔਰ ਬਜ਼ੁਰਗ ਜਿਹੜੇ ਦੁੱਧ ਪੀ ਰਹੇ ਨੇ। ਮਨ ਜਿਹੜਾ ਖੁਸ਼ ਹੋ ਗਿਆ ਜੀ ਗੱਲ ਸੁਣ ਕੇ। ਬਾਪੂ ਜੀ ਨਾਲ ਕੁਝ ਗੱਲਾਂ ਕਰਦੇ ਹਾਂ, ਮਾਤਾ ਜੀ ਨਾਲ ਵੀ ਕਰਾਂਗੇ। ਗੁਰਦੇਵ ਸਿੰਘ ਜੀ ਕਿੰਨੀ ਉਮਰ ਹੋ ਗਈ? 95 ਸਾਲ। ਅੱਛਾ, ਪਿੰਡ ਤੁਹਾਡਾ ਜਿਹੜਾ ਹੈ ਝਿੰਗੜਾ? ਝਿੰਗੜਾ ਪਿੰਡ ਤੁਹਾਡਾ। 95 ਸਾਲ ਉਮਰ ਹੋ ਗਈ। ਔਰ ਪੜ੍ਹਾਈ ਕਿੱਥੇ ਤੱਕ ਕੀਤੀ ਹੈ? ਦਸਵੀਂ ਤੱਕ ਕੀਤੀ ਪੜ੍ਹਾਈ। ਦਸਵੀਂ ਪਾਸ ਨਹੀਂ ਕਰੀ? ਬੜੇ ਕਰਾਲੀਓ ਪੜ੍ਹੇ। ਅੱਛਾ, ਸਿੱਧੇ ਕਰਾਲੀਓ ਪੜ੍ਹੇ ਹੈ? ਹਾਂ, ਪ੍ਰਾਇਮਰੀ ਤੋਂ ਲੈ ਕੇ। ਅੱਛਾ, ਜਿਹੜੀ ਜਦ ਪਿੰਡ ਹੁੰਦਾ ਨਹੀਂ ਤਾਂ ਸਕੂਲ। ਅੱਛਾ, ਪਿੰਡ ਸਕੂਲ ਨਹੀਂ ਤਾਂ ਹੁੰਦਾ ਜਦ? ਅੱਛਾ, ਕਰਾਲੀਓ ਪੜ੍ਹੇ ਤੁਸੀਂ? ਕਰਾਲੀ ਕਿਹੜੇ ਸਕੂਲ 'ਚ? ਖਾਲਸਾ ਹੀ ਹੁੰਦਾ ਵਾ ਜਦ। ਖਾਲਸਾ ਸਕੂਲ ਦੇ ਵਿੱਚ ਤਾਂ ਪਹਿਲੀ ਕਲਾਸ 'ਚ ਆਏ ਸੀ ਖਾਲਸਾ ਸਕੂਲ 'ਚ? ਹੈ, ਪਹਿਲੀ ਕਲਾਸ ਵਿੱਚ ਖਾਲਸਾ ਸਕੂਲ ਆਏ ਸੀਗੇ? ਪਹਿਲੀ। ਅੱਛਾ, ਪਹਿਲੀ 'ਚ ਆਏ ਸੀਗੇ। ਅੱਛਾ, ਫਿਰ ਜਦ ਆਉਣ ਜਾਣ ਦਾ ਸਾਧਨ ਕਿਆ ਸੀਗਾ? ਪੈਦਲ। ਅੱਛਾ, ਜਦ ਤਾਂ ਛੋਟੇ ਸੀ, ਪਹਿਲੀ ਕਲਾਸ ਦਾ ਬੱਚਾ ਤਾਂ 6 ਸਾਲ ਦਾ 7 ਸਾਲ ਦਾ ਹੁੰਦਾ। ਹਾਂ ਹਾਂ। ਫਿਰ 6-7 ਸਾਲ ਦੇ ਨੂੰ ਤੁਸੀਂ ਇਕੱਲੇ ਆ ਜਾਂਦੇ ਸੀ ਪੈਦਲ ਕਿ ਹੋਰ ਨਿਆਣੇ ਸੀਗੇ ਨਾਲ? ਹੋਰ ਵੀ ਤੁਹਾਡੇ ਪਿੰਡ ਦੇ ਨਿਆਣੇ ਪੜ੍ਹਦੇ। ਅੱਛਾ, ਪੈਦਲ ਆ ਜਾਂਦੇ ਸੀ ਤੁਸੀਂ? ਤੇ ਉਹ ਸਭ ਪੈਦਲ ਆਉਂਦੇ ਸੀਗੇ। ਕਿਆ ਹੁੰਦਾ ਸੀ ਨਾਲ? ਚੱਕਿਆ ਹੋਇਆ ਝੋਲਾ ਹੁੰਦਾ ਸੀ, ਕਿਆ ਹੁੰਦਾ ਸੀ ਨਾਲ? ਪਹਿਲਾਂ ਤਾਂ ਬੱਸ ਹੁੰਦਾ, ਭਾਊ ਫੱਟੀ ਬੰਨ ਕੇ ਪਰਨੇ 'ਚ ਉੱਪਰ ਕਿਤਾਬਾਂ ਰੱਖ ਕੇ ਬੰਨ ਲੈਂਦੇ ਤੇ। ਅੱਛਾ, ਫੱਟੀ ਪਰਨੇ 'ਚ ਬੰਨ ਲੈਂਦੇ ਤੇ? ਹਾਂ। ਅੱਛਾ, ਫੱਟੀ ਦੇ ਉੱਪਰ ਕਿਤਾਬਾਂ ਰੱਖ ਕੇ ਫਿਰ ਫੱਟੀ ਮਤਲਬ ਉਹਨੂੰ ਪਰਨੇ ਲੜ ਨਾਲ ਬੰਨ ਲੈਂਦੇ ਤੇ। ਅੱਛਾ, ਫਿਰ ਬਾਅਦ ਵਿੱਚ ਕਈ ਸਾਲ ਬਾਅਦ ਝੋਲੇ ਚੱਲ ਪਏ। ਝੋਲੇ ਚੱਲ ਪਏ। ਅੱਛਾ ਅੱਛਾ, ਪਹਿਲਾਂ ਪਰਨੇ 'ਚ ਲਿਆਉਂਦੇ ਸੀ ਤੁਸੀਂ? ਹੈ, ਹਾਂ, ਰੋਟੀ ਵੀ ਪਰਨੇ 'ਚ ਲਿਆਉਂਦੇ। ਅੱਛਾ, ਰੋਟੀ ਵੀ ਪਰਨੇ 'ਚ ਬੰਨ ਦਿੰਦੇ ਸੀਗੇ। ਅੱਛਾ, ਰੋਟੀ ਜਿਹੜੀ ਪਰਨੇ 'ਚ ਬੰਨਦੇ ਸੀ ਉਹ ਕਿਆ ਦਾਲ ਸਬਜ਼ੀ ਹੁੰਦੀ ਸੀ, ਅਚਾਰ ਹੁੰਦਾ ਸੀ, ਕਿਆ ਹੁੰਦਾ ਸੀ ਜ਼ਿਆਦਾ? ਅਚਾਰ। ਅਚਾਰ ਕਾਹਦਾ? ਅੰਬ ਦਾ ਅਚਾਰ। ਵਾਹ ਜੀ ਵਾਹ। ਅਤੇ ਫਿਰ ਦੁਪਹਿਰ ਨੂੰ ਅੱਧੀ ਛੁੱਟੀ ਨੂੰ ਖਾਣੀ ਫਿਰ ਹਾਂਜੀ ਰੋਟੀ ਉਹ? ਹਾਂ, ਅੱਧੀ ਛੁੱਟੀ ਹੁੰਦੀ। ਕੌਣ ਬਣਾਉਂਦਾ ਹੁੰਦਾ ਸੀ? ਉੱਪਰ ਨੂੰ ਮੂੰਹ ਕਰਕੇ ਕਰੋ ਗੱਲ ਮਾੜੀ ਜੀ। ਕੌਣ ਬਣਾਉਂਦਾ ਹੁੰਦਾ ਸੀ? ਕਿਆ ਰੋਟੀ? ਰੋਟੀ ਤਾਂ ਘਰ ਦੇ ਬਣਾਉਂਦੇ ਸੀ। ਨਹੀਂ, ਮਾਤਾ ਜੀ ਬਣਾਉਂਦੇ ਸੀ ਤੁਹਾਡੇ? ਆਹ, ਮਾਤਾ ਜੀ ਬਣਾਉਂਦੇ, ਦਾਦੀ ਜੀ। ਅੱਛਾ, ਦਾਦੀ ਵੀ ਬਣਾਉਂਦੀ ਸੀ। ਮਾਤਾ ਜੀ ਦਾ ਕੀ ਨਾਂ ਸੀ? ਕੌੜੀ। ਕੌੜੀ। ਅੱਛਾ, ਅਤੇ ਦਾਦੀ ਦਾ? ਬਸੰਤੀ। ਅਤੇ ਹੁਣ ਪਿਤਾ ਜੀ ਨੂੰ ਵੀ ਯਾਦ ਕਰ ਲਈਏ, ਪਿਤਾ ਜੀ ਦਾ ਨਾਂ ਕੀ ਸੀ? ਹੈਂ, ਪਿਤਾ ਜੀ ਦਾ ਨਾਂ ਕੀ ਸੀ? ਬਚਨ ਸਿੰਘ। ਬਚਨ ਸਿੰਘ ਪਿਤਾ ਜੀ ਦਾ ਨਾਂ ਸੀ। ਦਾਦਾ ਜੀ ਦਾ ਨਾਂ? ਬਾਬਾ ਜੀ ਦਾ ਸੁੰਦਰ ਸਿੰਘ। ਸੁੰਦਰ ਸਿੰਘ, ਯਾਦ ਹੈ ਤੁਹਾਨੂੰ ਸਾਰਾ ਕੁਝ? ਅੱਛਾ, ਆਪਣੇ ਪੜਦਾਦਾ ਜੀ ਦਾ ਨਾਂ ਵੀ ਯਾਦ ਹੈ? ਨਹੀਂ। ਸੁੰਦਰ ਸਿੰਘ ਜੀ ਦੇ ਡੈਡੀ ਦਾ ਨਾਂ? ਨਹੀਂ, ਯਾਦ ਨਹੀਂ। ਉਹ ਨਹੀਂ ਯਾਦ ਹੈ? ਅੱਛਾ, ਸੁੰਦਰ ਸਿੰਘ ਜੀ ਦਾ ਯਾਦ ਹੈ ਨਾਂ ਤੁਹਾਨੂੰ, ਠੀਕ ਹੋ ਗਿਆ। ਅੱਛਾ, ਫਿਰ ਉੱਥੇ ਤੋਂ ਤੁਸੀਂ ਝੋਲਾ ਚੱਕ ਕੇ ਪਰਨੇ ਵਿੱਚ ਫੱਟੀ ਬੰਨ ਕੇ
ਰੋਟੀ ਤੁਹਾਡੀ ਮਾਤਾ ਜੀ ਪਕਾ ਕੇ ਦਿੰਦੇ ਸੀ, ਤੁਸੀਂ ਨਾਲ ਲੈ ਕੇ ਡੱਬੇ ਵਿੱਚ ਪੈਦਲ ਆ ਜਾਂਦੇ ਸੀਗੇ ਪਹਿਲੀ ਕਲਾਸ ਸਕੂਲ ਵਿੱਚ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਉੱਪਰ ਨੂੰ ਨਿਗਾਹ ਉੱਪਰ ਰੱਖੋ ਤਾਂ ਮਾੜੀ ਜੀ, ਸਰੋਤਿਆਂ ਦੇ ਰੂਬਰੂ ਹੋਈਏ ਆਪਾਂ। ਹਾਂਜੀ, ਸਰੋਤਿਆਂ ਨੇ ਨਾ ਦੂਰ ਦੂਰ ਬੈਠੇ ਨੇ, ਕੋਈ ਅਮਰੀਕਾ ਬੈਠਾ, ਕੋਈ ਇੰਗਲੈਂਡ ਬੈਠਾ, ਕੋਈ ਕਨੇਡਾ ਬੈਠਾ, ਕੋਈ ਪੰਜਾਬ ਦੇ, ਬਾਕੀ ਜਿਹੜੇ ਆਪਣੇ ਸ਼ਹਿਰਾਂ ਜਲੰਧਰ, ਲੁਧਿਆਣਾ, ਬਠਿੰਡਾ, ਮੋਗਾ, ਇਹ ਸਾਰਿਆਂ ਨੇ ਤੁਹਾਡਾ ਵੀਡੀਓ ਦੇਖਣਾ। ਹਾਂਜੀ, ਅਤੇ ਆਹ ਗੱਲ ਮੈਨੂੰ ਬੜੀ ਚੰਗੀ ਲੱਗੀ ਤੁਹਾਡੀ, ਜਿਹੜੀ ਤੁਸੀਂ ਕਿਹਾ ਵੀ ਮੈਂ ਫੱਟੀ ਪਰਨੇ ਨਾਲ ਬੰਨ ਕੇ, ਅਤੇ ਅੱਛਾ ਫਿਰ ਸਿਆਹੀ ਦਾ ਕਿਆ ਹਿਸਾਬ ਕਿਤਾਬ ਸੀਗਾ, ਸਿਆਹੀ ਵੀ ਰੱਖਦੇ ਸੀ ਨਾਲ? ਮਿੱਟੀ ਦੀ ਦਵਾਤ। ਅੱਛਾ 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 ਅੱਛਾ। ਬਚਪਨ ਦੇ ਵਿੱਚ ਜਿਹੜੀਆਂ ਖੇਡਾਂ ਖਿਲਾਰਾਂ ਹੁੰਦੀਆਂ ਸੀਗੀਆਂ, ਹਾਂ ਖੇਡਾਂ, ਫਿਰ ਫਿਰ ਖੇਡਾਂ ਹੁੰਦੀਆਂ, ਹਾਕੀ ਖੇਡਦਾ ਵਾ। ਹਾਕੀ ਖੇਡਦੇ ਤੇ ਤੁਸੀਂ ਕਿਆ ਹੁੰਦੇ ਸੀ, ਕਿੱਥੇ ਪੋਜੀਸ਼ਨ ਕਿਹੜੀ ਤੇ ਖੜਦੇ ਸੀ? ਮੈਂ ਤਾਂ ਹਾਫ ਬੈਕ ਦਾ ਸੀ। ਹਾਫ ਬੈਕ ਸੀਗੇ ਤੁਸੀਂ? ਟੀਮ ਵਿੱਚ ਤਾਂ ਖਾਲਸਾ ਸਕੂਲ ਦੀ ਟੀਮ 'ਚ ਸੀਗੇ, ਟੀਮ ਹਾਕੀ ਟੀਮ ਵਿੱਚ ਤਾਂ ਮੈਂ, ਖਾਲਸਾ ਸਕੂਲ ਦੀ ਟੀਮ। ਹਾਂ ਹਾਂ, ਅੱਛਾ ਟੀਮ ਦੇ ਮੈਂਬਰ ਸੀ ਤੁਸੀਂ ਖਾਲਸਾ ਸਕੂਲ ਦੀ ਟੀਮ ਦੇ? ਹਾਂ। ਵਾਹ ਜੀ ਵਾਹ। ਅਤੇ ਹੋਰ ਜਿਹੜੇ ਤੁਹਾਡੇ ਨਾਲ ਦੇ ਜਮਾਤੀ ਜਾਂ ਕਲਾਸ ਫੈਲੋ ਸੀਗੇ, ਕੋਈ ਤੁਹਾਡਾ ਦੋਸਤ ਮਿੱਤਰ ਜਿਹੜਾ ਤੁਹਾਡੇ ਚੇਤੇ ਆ ਰਿਹਾ, ਯਾਦ ਵਿੱਚ ਆ ਰਿਹਾ, ਕਿਸੇ ਦਾ ਨਾਂ ਬੋਲੋ ਤਾਂ? ਨਾਂ ਇੱਕ ਲਾਭ ਸਿੰਘ। ਲਾਭ ਸਿੰਘ ਕਿੱਥੋਂ ਦਾ ਸੀਗਾ ਇਹ? ਝਿੰਗੜਾ ਦਾ। ਝਿੰਗੜਾ ਦਾ ਹੀ ਲਾਭ ਸਿੰਘ? ਰਘਵੀਰ ਸਿੰਘ। ਰਘਵੀਰ ਸਿੰਘ, ਹੋਰ? ਤੇਜਾ ਸਿੰਘ। ਤੇਜਾ ਸਿੰਘ ਕਿੱਥੋਂ ਦਾ? ਨਨਹੇੜੀਆਂ ਦਾ। ਅੱਛਾ, ਤੇਜਾ ਸਿੰਘ ਨੜੇਣੀਆ ਦਾ। ਥੋੜ੍ਹਾ ਉੱਚਾ ਬੋਲੋ, ਵਧੀਆ ਤਰੀਕੇ ਨਾਲ ਗੱਲ ਕਰੋ, ਅੱਖ ਕੈਮਰੇ 'ਚ ਪਾ ਕੇ ਗੱਲ ਕਰੋ ਥੋੜ੍ਹੀ ਜੀ। ਇਹ ਮੈਂ ਤੁਹਾਨੂੰ ਦੱਸਿਆ ਨਾ ਜੀ, ਸਰੋਤੇ ਦੇਖ ਰਹੇ ਨੇ। ਅਤੇ ਫਿਰ ਤੁਸੀਂ ਕਿਹੜੀ ਕਲਾਸ ਤੱਕ ਪੜ੍ਹੇ ਖਾਲਸਾ ਸਕੂਲ? ਦਸਵੀਂ ਥਾਈ। ਦਸਵੀਂ ਥਾਈ ਪੜ੍ਹੇ ਉੱਥੇ, ਅਤੇ ਦਸਵੀਂ ਤੋਂ ਬਾਅਦ ਫਿਰ ਅੱਗਾਂ? ਦਸਵੀਂ ਤੋਂ ਅਗਾਂਹ ਮੈਂ ਭਰਤੀ ਹੋ ਗਿਆ, ਦਸਵੀਂ ਤਾਂ ਮੈਂ ਪਾਸੇ ਨਿਕਲੀ ਆ, ਹੱਲੇ ਲਾਏ ਹੈ। ਹਾਂ, ਉਸ ਤੋਂ ਮੈਂ ਦਸਵੀਂ ਦਿੱਤਾ। ਅੱਛਾ, ਜਦ ਹੱਲੇ ਪਏ ਹੈ ਤੁਸੀਂ ਦਸਵੀਂ ਸੀ, ਤੁਹਾਨੂੰ ਪੂਰੀ ਸੋਝੀ ਤੀ ਇਹਦਾ ਮਤਲਬ? ਹਾਂ ਹਾਂ। ਹੈਂ, ਅਠਾਰਾਂ ਉੱਨੀ ਸਾਲ ਦਾ ਮੈਂ। ਅਠਾਰਾਂ ਉੱਨੀ ਸਾਲ ਦੇ ਸੀ ਤੁਸੀਂ, ਅਤੇ ਉਹ ਫਿਰ ਜਦ ਹੱਲੇ ਪਏ ਤਾਂ ਹੱਲੇ ਪਏ ਸੰਤਾਲੀ ਵਿੱਚ। ਹਾਂਜੀ, ਸਕੂਲ ਖੁੱਲ੍ਹੇ 48 ਮਾਰਚ ਵਿੱਚ। 48 ਮਾਰਚ ਵਿੱਚ ਸਕੂਲ ਖੁੱਲ੍ਹੇ। ਅੱਛਾ, ਫਿਰ ਅਸੀਂ ਆਉਂਦੇ ਤੇ ਫੀਸ ਮੰਗਦੇ ਤੇ ਕਈ ਮਹੀਨਿਆਂ ਦੀ ਮਾਸਟਰ। ਅੱਛਾ, ਘਰਦਿਆਂ ਨੇ ਫੀਸ ਨਹੀਂ ਦਿੱਤੀ। ਹਾਂ, ਅਸੀਂ ਉਹੀ ਭਰਤੀ ਵਾਲੇ ਆਏ ਦੇ ਤੇ। ਅੱਛਾ, ਭਰਤੀ ਵਾਲੇ ਸੀ, ਪਾਰਟੀਸ਼ਨ ਹੋਈ ਸੀ ਤਾਂ ਫੌਜ ਘੱਟ ਗਈ। ਅੱਛਾ, ਕਿ ਪਾਕਿਸਤਾਨ ਚਲੀ ਗਈ ਫੌਜ। ਹਾਂ, ਫਿਰ ਇਹ ਉੱਥੇ ਵੀ ਭਰਤੀ ਕਰਨ ਆਏ। ਅੱਛਾ, ਫਿਰ ਅਸੀਂ ਇੱਕ ਮੈਂ ਇੱਕ ਕੌਲੀ ਦਾ ਭਾਈ ਮਹੇਸ਼ ਸਿੰਘ। ਅੱਛਾ, ਇੱਕ ਝੰਡੇ ਮਾਜਰਾ ਦਾ ਪ੍ਰੇਮ ਸਿੰਘ। ਅੱਛਾ, ਇੱਕ ਮੁੰਦੋ ਬਾਬਾ, ਉਹਦੇ ਨਾਲ ਵੀ ਗੁਰਦੇਵ ਦਾ। ਗੁਰਦੇਵ ਮੁੰਦੋ ਸੰਗਤੀਆਂ ਦਾ? ਮੁੰਦੋ, ਹਾਂ, ਮਸਤਾਨਾ ਕੇ ਸੰਗਤੀਆਂ। ਹਾਂ। ਅੱਛਾ, ਇੱਕ ਸਿਆਲਵੇ ਮਾਜਰੀ ਦਾ। ਕਿੱਥੋਂ ਦਾ? ਸਿਆਲਵੇ ਮਾਜਰੀ ਦਾ। ਹਾਂ, ਚਰਨਦੀਪ। ਅੱਛਾ, ਫਿਰ ਤੁਸੀਂ ਭਰਤੀ ਹੋ ਗਏ? ਜਾਣੀ ਅਸੀਂ ਉਹੀ ਮਾਹੌਲ ਵਿੱਚ ਖੜੇ ਹੋ ਗਏ। ਅੱਛਾ, ਉਹਨਾਂ ਨੇ ਸਿਲੈਕਟ ਕਰ ਲਿਆ। ਤੁਸੀਂ ਐਵੇਂ ਮਾਹੌਲ 'ਚ ਖੜੇ ਹੋ ਗਏ, ਉਹਨਾਂ ਨੇ ਸਿਲੈਕਟ ਕਰ ਲਿਆ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ। ਅੱਛਾ, ਫਿਰ ਤੁਹਾਡੀ ਜਦੋਂ 47 ਦੇ ਹੱਲੇ ਹੋਏ ਤਾਂ ਤੁਹਾਡਾ ਪਿੰਡ ਜਿਹੜਾ ਝਿੰਗੜਾ ਕਲਾਂ ਹੈ, ਉਹਦੇ ਵਿੱਚ ਮੁਸਲਮਾਨ ਭਾਈਚਾਰਾ ਵੀ ਸੀਗਾ ਰਹਿੰਦਾ? ਨਹੀਂ, ਕੋਈ ਇੱਕ ਘਰ ਵਾ। ਅੱਛਾ, ਉਹ ਅਸੀਂ ਪਿੰਡ ਵਾਲਿਆਂ ਨਾਲ ਉਹਨੂੰ ਬਚਾ ਗਿਆ। ਪਿੰਡ ਵਾਲਿਆਂ ਨੇ ਬਚਾ ਲਿਆ ਤਾਂ ਉਹਨਾਂ ਨੂੰ? ਅੱਛਾ, ਮਤਲਬ ਉਹ ਇੱਕੋ ਘਰ ਸੀਗਾ, ਫਿਰ ਉਹ ਪਾਕਿਸਤਾਨ ਚਲੇ ਗਏ ਕਿ ਇੱਥੇ ਰਹਿ ਗਿਆ ਘਰ? ਉਹ
ਕੁਛ ਪਾਕਿਸਤਾਨ ਚਲੇ ਗਏ, ਪਾਕਿਸਤਾਨ ਦਾ ਇੱਕ ਮੁੰਡਾ ਹੀ ਗਿਆ ਉਹਨਾਂ ਦਾ ਲੜਕਾ। ਅੱਛਾ। ਔਰ ਬਾਕੀ ਉਹਨਾਂ ਦੀਆਂ ਕੁੜੀਆਂ ਜਿੱਥੇ ਦਹੀਆਂ ਗਈਆਂ ਉਹਨਾਂ ਦੇ ਨਾਲ ਚਲੀਆਂ ਗਈਆਂ ਆਪਣੇ ਆਦਮੀਆਂ ਦੇ। ਅੱਛਾ, ਠੀਕ ਹੈ। ਬਾਕੀ ਸਭ ਐਸੀ ਦੇ, ਤਿੰਨ ਭਾਈ ਦੇ, ਉਹ ਤਿੰਨੇ ਐਸੀ ਦੇ। ਨਾਂ ਯਾਦ ਆ ਉਹਨਾਂ ਦਾ? ਹਾਂ ਹਾਂ। ਕਿਆ ਨਾਂ ਸੀ? ਇੱਕ ਦੇ ਨਾਮ ਮਕਸੂਦਾ। ਮਕਸੂਦਾ? ਮਸਤੂ। ਮਸਤੂ, ਅੱਛਾ, ਮਸਤੂ, ਠੀਕ ਹੈ, ਮਸਤੂ। ਉਹਦੇ ਜਿਹੜਾ ਉਹਦਾ ਦੂਆ ਲਛਮਣ। ਲਛਮਣ। ਤੀਜਾ ਤਾਂ ਬਰਕਤ। ਤੀਜਾ ਬਰਕਤ ਆ। ਅੱਛਾ, ਉਹ ਕਿੰਨੀ ਉਮਰ ਦੇ ਸੀਗੇ ਮਸਤੂ, ਲਛਮਣ, ਜਿਹੜਾ ਬਰਕਤ? ਉਹ ਤਾਂ ਖਾਸੀ ਉਮਰ ਦੇ, ਫਸੇ ਤਾਂ ਬਹੁਤ ਬੜੇ ਦੇ। ਅੱਛਾ, ਦੂਆ ਨਾਂ ਕਿਹੜਾ ਦੱਸਿਆ? ਇੱਕ ਤਾਂ ਮਸਤੂ, ਇੱਕ ਲਛਮਣ। ਲਛਮਣ, ਅੱਛਾ, ਲਛਮਣ ਨਾਂ ਰੱਖਿਆ ਹੋਇਆ ਤਾ ਉਹਦਾ? ਲਛਮਣ ਦਾ ਤਾਂ ਨਾਂ ਹੀ ਤਾਂ। ਅੱਛਾ, ਹੈਗਾ ਮੁਸਲਮਾਨ ਤਾਂ ਨਾਂ ਲਛਮਣ ਤਾ? ਮੁਸਲਮਾਨ ਇਹਦਾ ਕੰਮ ਨਹੀਂ ਖਾਣ ਹੁੰਦਾ। ਅੱਛਾ, ਠੀਕ ਹੋ ਗਿਆ। ਉਹ ਫਿਰ ਕੁਛ ਚਲੇ ਗਏ, ਕੁਛ ਰਹਿ ਗਏ ਇੱਥੇ? ਹੈ ਨਾ, ਗਏ ਤਾਂ ਇੱਕੋ ਹੀ ਹੈ, ਬਾਕੀ ਸਾਰੇ ਰਹਿ ਗਏ। ਅੱਛਾ, ਜਿਹੜੀ ਉਸ ਵੇਲੇ ਦੇ ਦੌਰ ਵਿੱਚ ਹਾਲਾਤ ਖਰਾਬ ਹੋਏ, ਹੱਲੇ ਹੋਏ, ਵੱਢ ਟੁੱਕ ਵੀ ਹੋਈ ਕੁਛ, ਉਹ ਵੀ ਤੁਸੀਂ ਕੁਛ ਦੇਖਿਆ, ਕੁਛ ਯਾਦ ਹੈ ਤੁਹਾਨੂੰ? ਉਹ ਦੇਖਿਆ ਸੀ ਜਾਂਦੇ, ਫਿਰ ਸਾਡੇ ਸਾਹਮਣੇ ਵੱਢ ਟੁੱਕ ਨਹੀਂ ਹੋਈ। ਅੱਛਾ, ਅਸੀਂ ਜਾਂਦੇ ਤਾਂ ਫਿਰ ਦੇਖਣ ਮਰਿੰਡਾ, ਮਰਿੰਡਾ ਜਾਂਦੇ ਤੇ ਖਾਸ ਕਰ। ਅੱਛਾ, ਮਰਿੰਡਾ ਸਾਡੀ ਦੁਕਾਨ ਤੇ। ਕਾਹਦੀ? ਲੋਹੇ ਦੀ। ਲੋਹੇ ਦੀ ਦੁਕਾਨ ਤੇ ਤੁਹਾਡੀ ਮਰਿੰਡੀ, ਮਰਿੰਡੇ ਤੁਹਾਡੇ ਡੈਡੀ ਬੈਠਦੇ ਸੀ ਉੱਥੇ? ਹਾਰਡਵੇਅਰ ਨਹੀਂ, ਹਾਂ, ਸਾਡਾ ਤਾਇਆ ਵਾ। ਅੱਛਾ, ਤੁਹਾਡੇ ਤਾਇਆ ਦੀ ਸੀ ਹਾਰਡਵੇਅਰ ਦੀ ਦੁਕਾਨ? ਹਾਰਡਵੇਅਰ। ਉਹ ਕਿਸ ਨਾਂ ਤੇ ਸੀ ਦੁਕਾਨ? ਹੈਂ, ਨਾਂ ਕੀ ਸੀ ਦੁਕਾਨ ਦਾ? ਦੁਕਾਨ ਦਾ ਤਾਂ ਕੋਈ ਨਾਂ ਨਹੀਂ ਸਾ। ਅੱਛਾ, ਉਹ ਨਾਂ ਤਾਏ ਦਾ ਨਾਂ ਨਰਾਤਾ ਵਾ। ਅੱਛਾ, ਨਰਾਤਾ ਸੀ ਤਾਏ ਦਾ ਨਾਂ ਤੁਹਾਡੇ? ਨਰਾਤੇ ਦੀ ਹੱਟੀ ਵੱਜਦੀ ਹੋਣੀ ਆ ਉਹ? ਆਹੋ, ਦੁਕਾਨਾਂ ਦਾ ਨਾਂ ਨਹੀਂ ਤੇ। ਅੱਛਾ, ਫਿਰ ਫੌਜ 'ਚ ਤੁਸੀਂ ਚਲੇ ਗਏ, ਤਾਂ ਵਿਆਹ ਕਦੋਂ ਹੋਇਆ ਤੁਹਾਡਾ? ਵਿਆਹ ਪਹਿਲਾਂ ਤਾਂ ਮੇਰਾ ਇੱਥੇ ਪੜ੍ਹਦੇ ਨਹੀਂ ਹੋ ਗਿਆ ਤਾ। ਅੱਛਾ, ਵਿਆਹ ਸੱਤਵੀਂ ਸੱਤਵੀਂ 'ਤੇ ਹੋ ਗਿਆ ਤਾ ਵਿਆਹ? ਹਾਂ, ਹਲਿਆਂ ਤੋਂ ਪਹਿਲਾਂ ਹੀ? ਹਾਂ, ਠੀਕ ਹੋ ਗਿਆ। ਨੌਵੀਂ ਮੁਕਲਾਵਾ ਆ ਗਿਆ, ਨੌਵੀਂ ਵਿੱਚ ਮੁਕਲਾਵਾ ਆਇਆ। ਅੱਛਾ ਜੀ, ਸਰੋਤੇ ਦੇਖੋ ਜੀ, ਮਾਤਾ ਜੀ ਵੀ ਨਾਲ ਹੀ ਹੈਗੇ ਨੇ। ਮਾਤਾ ਜੀ ਤੁਸੀਂ ਇੱਧਰ ਨੇੜੇ ਆ ਜਾਓ, ਆ ਜਾਓ, ਆ ਜਾਓ, ਆ ਜਾਓ। ਮਾਤਾ ਜੀ ਨਾਲ ਵੀ ਕੁਝ ਗੱਲਾਂ ਮਾਰਦੇ ਹਾਂ ਜੀ ਆਪਾਂ। ਅੱਛਾ, ਨੌਵੀਂ 'ਚ ਮੁਕਲਾਵਾ ਆਇਆ ਤੁਹਾਡਾ? ਜਦੋਂ ਭਰਤੀ ਹੋਇਆ, ਜਦੋਂ ਮੁਕਲਾਵਾ ਆਇਆ ਵਾ ਤਾਂ। ਅੱਛਾ, ਮੈਂ ਚਲੇ ਗਿਆ ਭਰਤੀ ਹੋ ਕੇ। ਅੱਛਾ, ਮੈਂ ਦੱਸਿਆ ਨਹੀਂ ਕਿਸੇ ਨੂੰ ਵੀ ਮੈਂ ਭਰਤੀ ਹੋ ਗਿਆ। ਅੱਛਾ, ਤੁਸੀਂ ਦੱਸਿਆ ਨਹੀਂ ਕਿਸੇ ਨੂੰ ਵੀ ਮੈਂ ਭਰਤੀ ਹੋ ਗਿਆ? ਮਾਂ ਮੇਰੀ ਬਿਮਾਰ ਸੀ। ਅੱਛਾ, ਮੈਂ ਦੱਸਿਆ ਨਹੀਂ ਕਿਸੇ ਨੂੰ, ਨਾ ਚਾਰ ਦਿਨ ਰਿਹਾ ਇੱਥੇ, ਉਹ ਕਹਿੰਦੇ ਚਾਰ ਦਿਨ ਬਾਅਦ ਆ ਜਾਇਓ। ਅੱਛਾ, ਕਰ ਜਾਓ ਗੱਡੀ, ਠੀਕ ਹੈ ਸਾਰੇ। ਅੱਛਾ, ਮੈਂ ਚਾਰ ਦਿਨ ਬਾਅਦ ਅਸੀਂ ਚਲੇ ਗਏ, ਬਹਾਨਾ ਲਾ ਕੇ ਵੀ ਮੈਂ ਆਪਣੀ ਭੈਣ ਕੋਲ ਜਾਣਾ। ਅੱਛਾ, ਜਦ ਮੁੜ ਕੇ ਮੈਂ ਫਿਰ ਦੇਖਣ ਲੱਗ ਗਏ ਕਿੱਥੇ। ਅੱਛਾ, ਉਹਨਾਂ ਮੁੰਡਿਆਂ ਨੂੰ ਪੁੱਛਿਆ, ਹਾਂ, ਜਿਹੜੇ ਨਾਲ ਪੜ੍ਹਦੇ ਤੇ। ਅੱਛਾ, ਵਜ਼ੀਰ ਹੋ ਗਿਆ। ਤੁਸੀਂ ਦੱਸਿਆ ਕਾਹਦੇ ਨਹੀਂ? ਹੈਂ, ਦੱਸਿਆ ਕਾਹਦੇ ਨਹੀਂ ਕਰਦਿਆਂ ਨੂੰ? ਫਿਰ ਦਵਾਈਆਂ ਨਹੀਂ ਸੀ, ਹੌਲੂਗਾ ਵਾ। ਅੱਛਾ 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 ਅੱਛਾ, ਫਿਰ ਪਹਿਲੀ ਪੋਸਟਿੰਗ ਕਿੱਥੇ ਹੋਈ ਤੁਹਾਡੀ? ਪਹਿਲਾਂ ਜੱਬਲਪੁਰ ਗਏ। ਹੋਰ ਮਾਤਾ ਜੀ ਠੀਕ ਹੋ? ਸਿਹਤ ਠੀਕ ਹੈ? ਠੀਕ ਸੀ, ਹਾਂਜੀ, ਠੀਕ ਹੈ, ਸਿਹਤ ਹੈ ਇਹਨੂੰ ਬਿਲਕੁਲ। ਅੱਛਾ, ਬਹੁਤ ਵਧੀਆ, ਮੈਂ ਦੇਖਿਆ ਤੁਹਾਡਾ ਬੇਟਾ ਜੀ ਪੂਰਾ ਖਿਆਲ ਰੱਖਦੇ ਨੇ। ਪੂਰਾ ਰੱਖਦੇ ਖਿਆਲ, ਜਿਹੜਾ ਬਾਹਰ ਬੇਟਾ ਬੈਠਾ ਉਹ ਵੀ ਪੂਰਾ ਖਿਆਲ ਰੱਖਦਾ, ਇਹ ਵੀ ਖਿਆਲ ਰੱਖਦੇ, ਬਹੁਤੀ ਵੀ ਖਿਆਲ ਰੱਖਦੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ। ਦੇਖੋ ਨਾ ਜੀ, ਜਿੱਥੇ ਸਰੋਤੇ ਉਹ ਬਜ਼ੁਰਗਾਂ ਦਾ ਖਿਆਲ ਰੱਖਿਆ ਜਾਂਦਾ,
ਔਰ ਕਿੰਨਾ ਮਜ਼ੇਦਾਰ ਸੀਨ ਬਣ ਜਾਂਦਾ ਹੈਗਾ ਉੱਥੇ। ਅੱਛਾ 5 ਵਜੇ ਚਾਹ ਲੈ ਕੇ ਆ ਜਾਂਦੀ ਹੈ ਸਵੇਰੇ। ਅੱਛਾ ਬੈਠਿਆਂ ਨੂੰ, ਅੱਛਾ ਇੱਥੇ ਬੈਠਿਆਂ ਨੂੰ ਪ੍ਰਸ਼ਾਦਾ ਲੈ ਕੇ ਆ ਜਾਂਦੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਅੱਛਾ ਫਿਰ ਅਸੀਂ ਬਾਹਰ ਬੈਠਦੇ ਹਾਂ 10 ਕੁ ਵਜੇ ਨਾਲ। ਅੱਛਾ ਮੈਂ ਫਿਰ 10 ਵਜੇ ਚਾਹ ਉੱਥੇ ਪੀ ਲੈਂਦੇ। ਬਾਪੂ ਜੀ ਵੀ ਉੱਠ ਜਾਂਦੇ ਸਵੇਰੇ 5 ਵਜੇ? ਪਏ ਰਹਿੰਦੇ ਉੱਠੇ ਵੇ ਤਾਂ ਹੁੰਦੇ, ਚਾਹ ਪੀਂਦੇ ਉੱਠ ਕੇ। ਹਾਂ ਪੀਂਦੇ। ਗੱਲਾਂ ਬਾਤਾਂ ਫਿਰ ਸਵੇਰੇ ਸਵੇਰੇ ਗੱਲਾਂ ਬਾਤਾਂ ਵੀ ਚੱਲਦੀਆਂ ਬਾਪੂ ਜੀ? ਨਹੀਂ ਗੱਲਾਂ ਬਾਤਾਂ ਤਾਂ ਕੁਛ ਨਹੀਂ, ਪਏ ਰਹਿੰਦੇ। ਨਹੀਂ ਬੁਲਾਉਂਦੇ ਨਹੀਂ ਹੈਗੇ ਤੁਹਾਨੂੰ ਇਹ ਸਵੇਰੇ ਸਵੇਰੇ? ਹੈਂ ਬੋਲਦੇ ਹੈ ਜੀ। ਅੱਛਾ ਗੱਲਾਂ ਬਾਤਾਂ ਕਰਦੇ ਹੈ ਮਾੜੀਆਂ ਮਾੜੀਆਂ? ਹਾਂ ਕਰਦੇ, ਜਿੰਨੀਆਂ ਕੁ ਸਿਆਣੇ ਦੀ। ਹਾਂ ਹਾਂ ਮੈਨੂੰ ਯਾਦ ਆ ਨਾ, ਮੈਨੂੰ ਕਰ ਲੈਂਦੇ। ਮੈਨੂੰ ਆਪਣੇ ਡੈਡੀ ਦੀ ਗੱਲ ਯਾਦ ਆ ਰਹੀ ਹੈ ਵੀ ਉਹ ਸਵੇਰੇ ਛੇਤੀ ਉੱਠ ਜਾਂਦੇ ਹੁੰਦੇ ਸੀਗੇ ਤੇ ਨਾਲ ਦੇ ਕਮਰੇ 'ਚ ਉਹਨਾਂ ਦੀਆਂ ਗੱਲਾਂ ਦੀ ਆਵਾਜ਼ ਆਉਂਦੀ ਹੁੰਦੀ ਸੀਗੀ। ਮੈਂ ਤਾਂ ਪੁੱਛ ਰਿਹਾ ਵੀ ਤੁਸੀਂ ਸਵੇਰੇ ਉੱਠ ਕੇ 5 ਵਜੇ ਜਦ ਉਦੋਂ ਮੂੰਹ ਨੇਰੇ ਹੁੰਦਾ, ਉਦੋਂ ਤੁਸੀਂ ਗੱਲਾਂ ਬਾਤਾਂ ਮਾੜੀਆਂ ਮਾੜੀਆਂ ਕਰਦੇ ਹੋ ਆਪਸ ਵਿੱਚ? ਗੱਲਾਂ ਬਾਤਾਂ ਕਰ ਲੈਂਦੇ, ਫਿਰ ਉੱਠੀਦਾ, ਇਸ਼ਨਾਨ ਕਰੀਦਾ। ਅੱਛਾ ਇਸ਼ਨਾਨ ਕਰਕੇ 6 ਵਜੇ ਗੁਰਦੁਆਰੇ ਚਲੀ ਜਾਂਦਾ, ਕਦੇ ਪਹਿਲਾਂ ਚਲੀ ਜਾਂਦੇ। ਅੱਛਾ ਕਦੀ 6 ਵਜੇ। ਅੱਛਾ ਕਿਤੇ 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 ਗਰਾਰੀ ਅੜ ਵੀ ਜਾਂਦੀ ਆਪਸ ਵਿੱਚ ਮਾੜੀ ਮੋਟੀ? ਇਹ ਨਹੀਂ ਹੈ ਲੜਾਈ ਨਹੀਂ ਕਰਦੇ, ਬਹੁਤ ਵਧੀਆ ਗੱਲ ਹੈ। ਫਿਰ ਤਾਂ ਮੈਂ ਤਾਂ ਉਦਾਂ ਹੀ ਪੁੱਛਿਆ, ਮੈਂ ਕਿਤੇ ਕਿਤੇ ਕਈ ਵਾਰੀ ਹੁਣ ਗਰਾਰੀ ਫਸ ਵੀ ਜਾਂਦੀ ਹੈ। ਮੈਂ ਤਾਂ ਕਦੇ ਪੱਕਾ ਵੀ ਨਹੀਂ। ਅੱਛਾ ਤੁਸੀਂ, ਚਲੋ ਮੈਂ ਤਾਂ ਉਹੀ ਰਿਵਾਜੀ ਐਵੇਂ ਸਰਸਰੀ ਪੁੱਛ ਲਿਆ ਹੈ। ਆ ਚਲੋ ਹਸਬੈਂਡ ਵਾਈਫ ਦੇ ਵਿੱਚ ਮਾੜੀ ਮੋਟੀ ਕਿਤੇ ਹੋ ਵੀ ਜਾਂਦੀ ਹੈ ਤਾਂ ਫਿਰ ਕੌਣ ਇਹ ਮੰਨ ਜਾਂਦੇ ਹੁਣ ਛੇਤੀ, ਇਹ ਮੰਨ ਜਾਂਦੇ ਛੇਤੀ ਜੇ ਕਿਤੇ ਮਾੜੀ ਮੋਟੀ ਗੱਲ ਅੜ ਜਾਵੇ ਤਾਂ? ਕਿ ਤੁਸੀਂ ਮੰਨ ਜਾਂਦੇ ਆ ਗੱਲ ਨਾ ਅੜ ਵੀ ਜਦੇ ਗੱਲ ਹੋ ਜਾਂਦੀ ਹੈ ਜੇ ਕਿਤੇ ਮਾੜੀ ਮੋਟੀ? ਹਾਂ ਇਹਨਾਂ ਸੁਣਦਾ ਘੱਟ ਹੈਗਾ। ਅੱਛਾ ਫਿਰ ਮੈਂ ਸਮਝਾਉਣੀ ਹੈਗੀ। ਅੱਛਾ ਫਿਰ ਸਮਝ ਜਾਂਦੇ, ਊ ਲੜਾਈ ਨਹੀਂ ਹੁੰਦੀ ਹੈਗੀ। ਅੱਛਾ ਤੁਹਾਨੂੰ ਤਾਂ ਹੋ ਜਾਂਦਾ ਕਈ ਵਾਰੀ ਗੱਲ 2-3 ਵਾਰੀ ਕਹਿਣੀ ਪੈਂਦੀ ਹੋਣੀ ਹੈ ਹੈਂ? ਅੱਛਾ 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 ਅੱਛਾ। ਦੇਖੋ ਜੀ ਸਰੋਤਿਓ, ਬਹੁਤ ਮਜ਼ੇਦਾਰ ਜਿਹੜਾ ਹੈ ਇੰਟਰਵਿਊ ਚੱਲ ਰਿਹਾ, ਮਜ਼ਾ ਜਾ ਰਿਹਾ ਆ, ਔਰ ਬਾਪੂ ਜੀ ਨਾਲ ਗੱਲਾਂ ਹੋ ਰਹੀਆਂ। ਅੱਛਾ ਫਿਰ ਤੁਹਾਡੀ ਪਹਿਲੀ ਪੋਸਟਿੰਗ ਕਿੱਥੇ ਹੋਈ ਬਾਪੂ ਜੀ? ਮੇਰੀ ਹੋਈ ਜੰਮੂ। ਜੰਮੂ ਪੋਸਟਿੰਗ ਹੋਈ ਪਹਿਲੀ? ਫਿਰ ਤੁਸੀਂ ਦੱਸਿਆ ਘਰਦਿਆਂ ਨੂੰ ਵੀ ਮੈਂ ਚੱਲੀ ਹੈ? ਮੈਂ ਪਹਿਲਾਂ ਦਿੱਲੀ ਗਏ, ਦਿੱਲੀ ਦੇ ਥੋੜ੍ਹੀ ਦੇਰ ਰਹਿਣੇ ਤੋਂ ਬਾਅਦ ਉਹਨਾਂ ਨੇ ਜੰਮੂ ਭੇਜਤਾ। ਅੱਛਾ ਉਹ ਦਿੱਲੀ ਵਾਲੇ ਭੇਜਦੇ ਸੀਗੇ ਜਿਹੜੇ ਬੰਦੇ ਪਾਸ ਹੋ ਗਏ ਉੱਥੇ ਰੋਟਰੀ ਕਰਕੇ ਟੈਕਨੀਕਲ ਟ੍ਰੇਨਿੰਗ ਕਰਕੇ। ਟੈਕਨੀਕਲ ਟ੍ਰੇਨਿੰਗ ਕਰਕੇ? ਹਾਂ। ਅੱਛਾ ਟੈਕਨੀਕਲ ਟ੍ਰੇਨਿੰਗ ਕਰਨੇ ਤੋਂ ਬਾਅਦ ਦਿੱਲੀ ਭੇਜ ਦਿੰਦੇ, ਦਿੱਲੀ ਵਾਲੇ ਫਿਰ ਕਸ਼ਮੀਰ ਵਿੱਚ ਜਿੱਦਾਂ ਕਿਤੇ ਵਕੈਂਸੀਆਂ ਆਉਂਦੀਆਂ ਸੀਆਂ। ਅੱਛਾ ਉੱਥੇ ਭੇਜ ਦਿੰਦੇ। ਅੱਛਾ 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 ਤੁਸੀਂ ਜੰਮੂ ਰਿਹਾ ਉੱਥੇ? ਅੱਛਾ ਜੰਮੂ ਰਹੇ ਤੁਸੀਂ? 2 ਸਾਲ ਰਿਹਾ, ਫਿਰ ਮੇਰਾ ਸੱਟ ਵੱਜੀ। ਸੱਟ ਕਿੱਦਾਂ ਵੱਜ ਗਈ ਸੀ? ਹਾਕੀ ਖੇਡਦੇ ਸੀ। ਅੱਛਾ ਉੱਥੇ ਫੌਜ ਵਿੱਚ? ਹਾਂ। ਅੱਛਾ ਕਿੱਦਾਂ ਸੱਟ ਕਿੱਥੇ ਵੱਜੀ? ਲੱਤ ਕਰੈਕ ਹੋ ਗਈ ਸੀ। ਅੱਛਾ ਕੱਬੀ ਖੇਡਦੇ ਖੇਡਦੇ? ਹਾਂ। ਫਿਰ ਟੂਰਨਾਮੈਂਟ ਦਾ ਫਿਰ ਵੀ ਪ੍ਰੈਕਟਿਸ ਕਰਦੇ ਸੀ। ਅੱਛਾ ਉਸ ਟਾਈਮ ਕੁਦਰਤੀ ਵੱਜ ਜਾਂਦੀ ਹੈ। ਹਾਂ ਚਲੋ ਲੱਗ ਗਈ ਸੱਟ, ਲੱਗ ਜਾਂਦੀ ਹੈ ਆਪਣੇ। ਫਿਰ ਉਹ ਕਿਆ ਪਲਸਤਰ ਪਲੁਸਤਰ ਹੋਇਆ ਕਿਆ ਹੋਇਆ? ਹਾਂ ਫਿਰ ਹਸਪਤਾਲ ਗਏ, ਹਸਪਤਾਲ ਵਾਲਿਆਂ ਨੇ ਪਲਸਤਰ ਲਾ ਦਿੱਤਾ। ਅੱਛਾ ਪਲਸਤਰ ਲਾ ਕੇ ਉਹਨਾਂ ਨੇ ਦਿੱਲੀ ਭੇਜਤਾ ਹਸਪਤਾਲ ਵਿੱਚ। ਅੱਛਾ ਤੁਸੀਂ ਫਿਰ ਰੱਖਦੇ ਨਹੀਂ ਉੱਥੇ? ਜੰਗ ਦਾ ਵੀ ਹਿੱਸਾ ਰਹੇ ਕਿਸੇ ਦਾ? ਜੰਗਾਂ 'ਚ ਭਾਗ ਵੀ ਲਿਆ? ਹੈਂ ਜੰਗਾਂ ਜਿਹੜੀਆਂ ਲੱਗੀਆਂ ਪਾਕਿਸਤਾਨ ਨਾਲ, ਚੀਨ ਨਾਲ, ਇਹਨਾਂ 'ਚ ਵੀ ਹਿੱਸਾ ਲਿਆ ਤੁਸੀਂ? ਦੇਖੋ ਜੀ ਪਾਕਿਸਤਾਨ ਨਾਲ ਤਾਂ ਨਹੀਂ ਲਿਆ। ਅੱਛਾ
ਜਿਹੜਾ ਹੋਇਆ ਜੀਨ ਦਾ, ਉਸ ਵਕਤ ਅਸੀਂ ਗਏ ਹਾਂ, ਸਾਡੀ ਬਦਲੀ ਹੋ ਗਈ। ਅੱਛਾ, ਜਲੰਧਰ ਤੋਂ ਹੱਥ ਥੱਲੇ ਕਰੋ, ਜਲੰਧਰ ਤੋਂ, ਜਲੰਧਰ ਤੇ ਤੁਸੀਂ? ਅੱਛਾ, ਜਲੰਧਰ ਮੈਂ 7 ਸਾਲ ਰਿਹਾ। ਅੱਛਾ, 7 ਸਾਲ ਰਹੇ। ਉਹਨਾਂ ਨੇ ਮੇਰੀ ਬਦਲੀ ਵੀ ਪੰਜਾਬ ਵਿੱਚ 2 ਵਾਰ ਆ ਲਿਆ। ਅੱਛਾ, ਵੀ ਇਹਨੂੰ ਨਵੀਂ ਯੂਨਿਟ ਖੜੀ ਹੋ ਗਈ ਸੀ, ਨਵੀਂ ਯੂਨਿਟ ਖੜੀ ਹੋ ਗਈ ਸੀ ਆਗਰਾ। ਆਗਰਾ, ਅੱਛਾ, ਉੱਥੇ ਤੇ ਗੁਹਾਟੀ ਚਲੇ ਗਏ। ਅੱਛਾ, ਲੇਕਿਨ ਫਿਰ ਸੀਜ਼ ਫਾਇਰ ਹੋ ਗਿਆ। ਅੱਛਾ, ਜਦੋਂ ਤੁਸੀਂ ਗੁਹਾਟੀ ਗਏ ਫਿਰ ਸੀਜ਼ ਫਾਇਰ ਹੋ ਗਿਆ? ਹਾਂ। ਅੱਛਾ ਅੱਛਾ ਅੱਛਾ, ਸੀਜ਼ ਫਾਇਰ ਹੋਇਆ। ਅਸੀਂ ਫਿਰ ਤੁਸੀਂ ਗੁਹਾਟੀ ਰਹੇ, ਸਾਡੀ ਯੂਨਿਟ ਗੁਹਾਟੀ ਆ ਗਈ ਉੱਥੇ ਆਗਰੇ ਤੇ। ਅੱਛਾ ਜੀ। ਅੱਛਾ ਮਾਤਾ ਜੀ, ਤੁਹਾਡੇ ਨਾਲ ਥੋੜ੍ਹੀ ਗੱਲ ਕਰੀਏ, ਤੁਹਾਡਾ ਪਿੰਡ ਕਿਹੜਾ ਸੀ? ਪੇਕੇ ਪਿੰਡ ਬੜਹੇੜੀ ਆ ਜਿਹੜਾ ਚੰਡੀਗੜ੍ਹ ਦਾ? ਚੰਡੀਗੜ੍ਹ ਦੇ ਕੋਲ। ਅੱਛਾ 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 ਅੱਛਾ, ਫਿਰ ਤਾਂ ਤੁਹਾਨੂੰ ਪੁਰਾਣਾ ਜਿਹੜਾ ਹੈ ਉਹ ਚੰਡੀਗੜ੍ਹ ਜਦ ਬਣਿਆ ਵੀ ਨਹੀਂ ਤਾਂ ਜਦ ਦਾ ਵੀ ਯਾਦ ਸੋਝੀ ਹੈ ਤੁਹਾਨੂੰ? ਬਣਿਆ ਨਹੀਂ ਤਾਂ ਜਦ ਜਾਂਦੇ ਤੇ ਨਾ ਗੱਡਿਆਂ ਪਰ। ਅੱਛਾ, ਵੀ ਬਣਨਾ ਨਹੀਂ ਚਾਹੀਦਾ। ਹਾਂ ਹਾਂ, ਫਿਰ ਛੋਟੀਆਂ ਛੋਟੀਆਂ ਹੁੰਦੀਆਂ, ਚੌ ਨਾਲ ਚਲੇ ਜਾਣ। ਅੱਛਾ, ਅੰਦੋਲਨ ਹੋਇਆ ਸੀਗਾ? ਅੰਦੋਲਨ ਹੁੰਦਾ ਤਾ ਖੜਾ ਬਈ, ਖਾਸ ਬੋਲਦੇ ਤੇ, ਵਿਰੋਧ ਕਰਦੇ ਤੇ ਲੋਕ ਵੀ, ਬਣਨਾ ਨਹੀਂ ਚਾਹੀਦਾ। ਹਾਂ, ਬਣਨਾ ਹੀ ਚਾਹੀਦਾ। ਅੱਛਾ, ਚੰਡੀਗੜ੍ਹ ਬਣਨਾ ਨਹੀਂ ਚਾਹੀਦਾ, ਵਿਰੋਧ ਕਰਦੇ ਤੇ? ਕੌਣ ਕਰਦੇ ਤੇ? ਪਿੰਡਾਂ ਵਾਲੇ ਲੋਕ ਕਰਦੇ ਤੇ? ਪਿੰਡਾਂ ਵਾਲੇ ਕਰਦੇ ਤੇ। ਅੱਛਾ, ਪਿੰਡਾਂ ਵਾਲੇ ਚਲੇ ਜਾਣਾ ਗੱਡੇ ਲੈ ਕੇ। ਅੱਛਾ, ਫਿਰ ਸਾਨੂੰ ਚਾਉ ਰਹਿੰਦਾ ਤਾ ਵੀ ਅਸੀਂ ਗੱਡੇ ਪਰ ਬੈਠ ਕੇ ਜਾਈਏ। ਤੁਸੀਂ ਜਦ, ਤੁਹਾਡੀ ਉਮਰ ਕਿੰਨੀ ਸੀਗੀ? ਉਮਰ ਤਾਂ ਮੇਰੀ ਥੋੜ੍ਹੀ ਹੋ ਤੀ ਯਾਦ। ਅੱਛਾ, ਹੋਣੀ ਹੈ ਬੰਦਾ ਚਾਰ ਸਾਲ ਦੀ, ਜਦ ਹੋਣੀ 8-7 ਸਾਲ ਦੀ, 7 ਸਾਲ ਦੇ ਹੋਣੇ। ਹਾਂ। ਅੱਛਾ, ਫਿਰ ਤੁਸੀਂ ਗੱਡਿਆਂ ਪਰ ਬਹਿਣ ਦੇ ਚੌ ਵਿੱਚ ਚੱਲ ਜਾਂਦੇ ਸੀ? ਹਾਂ, ਚਲੇ ਜਾਂਦੇ ਤੇ। ਅੱਛਾ, ਉਦੋਂ ਫਿਰ ਕਿਹੋ ਜਿਹਾ ਸੜਕਾਂ ਸੁੜਕਾਂ ਕਿਹੋ ਜਿਹੀਆਂ ਸੀਗੀਆਂ? ਉਦੋਂ ਤਾਂ ਚੰਡੀਗੜ੍ਹ ਬਣਿਆ ਨਹੀਂ ਸੀਗਾ, ਪਿੰਡ ਸੀਗੇ ਸਾਰੇ ਇੱਥੇ? ਪਿੰਡ ਜਿਹੜੇ ਥੇ ਉਹ ਥੀਆਂ ਚੰਗੀਆਂ, ਸੜਕਾਂ ਸੁੜਕਾਂ ਮਾੜੀ ਜਾਣੇ ਵਾਸਤੇ। ਅੱਛਾ, ਥੀਆਂ ਪਰ ਹੈਗਾ ਮਾਹੌਲ ਪੁਰਾਣਾ ਸੀਗਾ ਪਿੰਡਾਂ ਵਾਲਾ? ਹਾਂ, ਪਹਿਲਾਂ ਪਿੰਡਾਂ। ਇਨਕਲਾਬ ਇਨਕਲਾਬ ਕਰੀ ਜਾਂਦੇ ਤੇ। ਅੱਛਾ, ਤੁਹਾਨੂੰ ਇੰਨੀ ਕੁ ਸੋਝੀ ਹੈ? ਹੈਗੀ ਇੰਨੀ। ਅੱਛਾ ਅੱਛਾ ਅੱਛਾ, ਅਸੀਂ ਵੀ ਬੋਲਣਾ ਬਹੁਤ ਰੀਸ ਵਿੱਚ। ਅੱਛਾ, ਬਹੁਤ ਇਨਕਲਾਬ ਮੁਰਦਾਬਾਦ ਕਹੀ ਜਾਣਾ ਬੈਠਿਆ ਜਿੱਦਾਂ ਬਾਕੀ ਕਹਿੰਦੇ ਤੇ। ਹਾਂਜੀ, ਰੇੜਿਆਂ ਪਰ ਜਾਂਦੇ ਤੇ? ਕਾਹਦੇ ਪਰ? ਗੱਡੇ ਤੇ, ਗੱਡਿਆਂ ਪਰ। ਹਾਂ। ਅੱਛਾ, ਤੁਸੀਂ ਬਜ਼ੁਰਗੋ ਗੱਡਿਆਂ ਵਾਲਾ ਦੌਰ ਵੀ ਦੇਖਿਆ ਹੈ ਨਾ ਜੀ? ਉਹ ਗੱਡੇ ਦੇ ਥੱਲੇ ਰਾਤ ਨੂੰ ਲਾਲਟੈਨ ਬੰਨ ਦਿਆ ਕਰਦੇ ਤੇ। ਆਹੋ, ਹਾਂਜੀ, ਉਦੋਂ ਉਹ ਮੰਨਦੇ ਤੇ ਜਿਹੜੇ ਬਾਹਰ ਪਹਾੜਾਂ ਪਹੁੰਚਦੇ, ਜਿਹੜੇ ਲੰਬੇ ਰੂਟ ਪਰ ਜਾਂਦੇ ਤੇ, ਵੀ ਜਿਹਨਾਂ ਨੇ ਰਾਤ ਨੂੰ ਵੀ ਯਾਤਰਾ ਕਰਨੀ ਹੁੰਦੀ ਸੀ, ਪਤਾ ਲੱਗ ਜਾਂਦਾ ਸੀ ਕੁਛ ਆਉਂਦਾ। ਆਹ, ਕੁਛ ਆਉਂਦਾ ਪਤਾ ਲੱਗ ਜਾਂਦਾ ਸੀਗਾ। ਅੱਛਾ, ਫਿਰ ਤੁਸੀਂ ਚੰਡੀਗੜ੍ਹ ਉਹ ਬੜਹੇੜੀ ਦੇ ਤੇ ਤੁਸੀਂ? ਹਾਂ, ਬੜਹੇੜੀ। ਅੱਛਾ 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 ਅੱਛਾ, ਅਤੇ ਉੱਥੇ ਤੋਂ ਫਿਰ ਤੁਸੀਂ ਆਇਆ, ਵਿਆਹ ਤੁਹਾਡਾ ਕਿਹੜੇ ਸਨ 'ਚ ਹੋਇਆ? 62 ਵਿੱਚ ਵਿਆਹ ਹੋਇਆ ਤੁਹਾਡਾ। ਅੱਛਾ ਅੱਛਾ ਅੱਛਾ, ਚਲੋ ਠੀਕ ਹੈ ਜੀ, ਬਹੁਤ ਵਧੀਆ। ਤੁਸੀਂ ਫਿਰ ਆਪਣੇ ਸਹੇਲੀਆਂ ਨਾਲ ਕਿਆ ਕੁਛ ਖੇਡਦੇ ਹੁੰਦੇ ਤੇ? ਸਹੇਲੀਆਂ ਨਾ? ਹਾਂ, ਇਹੀ ਗੁੱਡੀਆਂ ਪਟੋਲੇ। ਗੁੱਡੀਆਂ ਪਟੋਲੇ? ਓ ਵਾਹ ਜੀ ਵਾਹ, ਵਾਹ ਜੀ ਵਾਹ। ਜਿਹੜੇ ਨਿਆਣੇ ਖੇਡਦੇ ਗੁੱਡੀਆਂ ਪਟੋਲੇ ਲੈ ਕੇ ਬਹਿ ਜਾਣਾ ਇੱਕ ਥਾਂ ਕੁੜੀਆਂ ਨੇ। ਅੱਛਾ, ਫਿਰ ਕਹਿਣਾ ਵਿਆਹ ਕਰੋ। ਅੱਛਾ, ਗੁੱਡੀਆਂ ਪਟੋਲੇ ਦਾ ਵਿਆਹ ਕਰ ਦੇਣਾ? ਹਾਂ, ਵੀ ਤੁਹਾਡਾ ਮੁੰਡੇ ਦਾ ਅਸੀਂ ਰਿਸ਼ਤਾ ਕਰਨਾ। ਅੱਛਾ, ਇੱਦਾਂ ਗੱਲਾਂ ਕਰਦੇ ਤੇ ਆਪਸ ਵਿੱਚ? ਗੱਲਾਂ ਕਰਦੀਆਂ ਹੁੰਦੀਆਂ, ਉੱਧਰ ਉੱਧਰ ਭੇਜੀ ਜਾਂਦੇ ਤੇ ਗੁੱਡੀਆਂ ਪਟੋਲਿਆਂ ਨੂੰ। ਚੱਲ,
ਅੱਛਾ ਵਿਆਹ ਕਰਨਾ ਔਰ ਇੱਕ ਦੂਜੇ ਦੇ ਘਰ ਆਉਂਦੇ ਤੇ ਹੈ ਜਾਣ ਕੇ ਘਰ ਘਰ ਖੇਡਦੇ ਤੇ ਹਾਂ ਖੇਡਦੇ ਤੇ ਅੱਛਾ ਵੀ ਇਹਦਾ ਵਿਆਹ ਇਹ ਗੁੱਡੀ ਹੈ ਪਟੋਲਾ ਇਹਦਾ ਵਿਆਹ ਕਰਨਾ ਹਾਂ ਵਿਆਹ ਉਹ ਬਹੁਤ ਵਧੀਆ ਸਮਾਂ ਸੀ ਹਨਾ ਇਹੀ ਸਮਾਂ ਦਾ ਗੱਲ ਖੇਲਣਾ ਮਾਂ ਬਾਪ ਕੁਛ ਕਹਿੰਦੇ ਨਹੀਂ ਥੇ ਤੁਸੀਂ ਨਾ ਖੇਲੋ ਹਾਂ ਹਾਂ ਬਸ ਸਹੇਲੀਆਂ ਸਹੇਲੀਆਂ ਖੇਲਣ ਲੱਗ ਜਾਂਦੀਆਂ ਬੈਠ ਕੇ ਅੱਛਾ ਵਾਹ ਜੀ ਬਾਬਾ ਜੀ ਵਾਹ ਦੇਖੋ ਜੀ ਬਜ਼ੁਰਗ ਜੋੜਾ ਹੈ ਔਰ ਬਹੁਤ ਵਧੀਆ ਲੱਗ ਰਿਹਾ ਗੱਲਬਾਤ ਦਾ ਤੇ ਸਹੇਲੀਆਂ ਦੇ ਨਾਂ ਯਾਦ ਹੈ ਕਿਸੇ ਦੇ ਸਹੇਲੀਆਂ ਦੇ ਨਾਂ ਇੱਕ ਹਰਬੰਸੋ ਦਾ ਹਰਬੰਸੋ ਉਹ ਤੁਹਾਡੀ ਪੱਕੀ ਸਹੇਲੀ ਸੀ ਪੱਕੀ ਸਹੇਲੀ ਅੱਛਾ ਇੱਕ ਦਿਨ ਉਹ ਚਰਨੋ ਦਾ ਚਰਨੋ ਅੱਛਾ ਹੋਰ ਅੱਛਾ ਇੱਕ ਉਹ ਹੈ ਤਾਂ ਉਹ ਬੜੀ ਸੀ ਅੱਛਾ ਉਹਦੇ ਨਾਲ ਮੇਹਰ ਤਾ ਅੱਛਾ ਉਹਦੇ ਕੋਲ ਉਹ ਵੀ ਖੇਲਣ ਲੱਗ ਜਾਂਦੇ ਸਾਡੀ ਗੱਲ ਆ ਕੇ ਅੱਛਾ ਜਿਹੜੀ ਮੇਹਰ ਦੀ ਬੜੀ ਸੀ ਤੁਹਾਡੇ ਤੇ ਹਾਂ ਬੜੀ ਸੀ ਸਾਤੇ ਅੱਛਾ ਖੇਡਣ ਆ ਜਾਂਦੀ ਤੇ ਉਹ ਵੀ ਤੁਹਾਡੇ ਨਾਲ ਹਾਂ ਉਹ ਸਾਡੇ ਨਾਲ ਖੇਡਦੀ ਸੀ ਅੱਛਾ ਗੁੱਡੀਆਂ ਪਟੋਲੇ ਹੈ ਗੁੱਡੀਆਂ ਪਟੋਲੇ ਅਗਲੇ ਬਜ਼ੁਰਗ ਤਾਂ ਹਟਾਉਂਦੇ ਨਹੀਂ ਤੇ ਚਲ ਕੁੜੀਆਂ ਨੂੰ ਖੇਡਦੀਆਂ ਹਾਂ ਚਲੋ ਖੇਡਣ ਹਾਂ ਖੇਡੀ ਜਾਣ ਦੋ ਹਾਂ ਇਸ ਕਰਕੇ ਖੇਲ ਖੇਲੀ ਜਾਂਦੇ ਤੇ ਅੱਛਾ ਅੱਛਾ ਬੜਾ ਉਹ ਆਂਦਾ ਯਾਦ ਸਮਾਂ ਆਂਦਾ ਯਾਦ ਤੁਹਾਨੂੰ ਉਹ ਹਾਂ ਸਮਾਂ ਯਾਦ ਆਉਂਦਾ ਹਾਂ ਵਧੀਆ ਸਮਾਂ ਸੀ ਹਨਾ ਹਾਂ ਵਧੀਆ ਅੱਛਾ ਫਿਰ ਜਾਂ ਮੀਂਹ ਨਹੀਂ ਤਾਂ ਪੈਂਦਾ ਹਾਂ ਫਿਰ ਵੀ ਮੀਂਹ ਨਹੀਂ ਪੈਂਦਾ ਫਿਰ ਗੁੱਡੀ ਲਿਜਾ ਫੂਕਣ ਚਲੇ ਜਾਂਦੇ ਤੇ ਅੱਛਾ ਗੁੱਡੀਆਂ ਫੂਕਣੀਆਂ ਫਿਰ ਹਾਂ ਫੂਕਣੀ ਮੀਂਹ ਪੈ ਜਾਵੇ ਹਾਂ ਮੀਂਹ ਪੈ ਜਾਵੇ ਅੱਛਾ ਉਹ ਬੜੇ ਵੀ ਨਾਲ ਜਾਂਦੇ ਤੇ ਕਿ ਤੁਸੀਂ ਆਪੇ ਨਿਆਣੇ ਨਿਆਣੇ ਕੁੜੀਆਂ ਕੁੜੀਆਂ ਜਾਂਦੀਆਂ ਕੁੜੀਆਂ ਕੁੜੀਆਂ ਅੱਛਾ ਕੁੜੀਆਂ ਹੀ ਜਾਂਦੀਆਂ ਨੇ ਬਸ ਅੱਛਾ 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 ਉਹ ਕਿੱਥੇ ਫੂਕਦੇ ਸੀ ਜਾ ਕੇ ਫਿਰ ਪਰਾਂ ਉਹਦੇ ਲਾਗ ਇੱਕ ਚੋ ਤਾ ਗੋਬਿੰਦ ਨਾ ਉਹਦੇ ਚੰਡੀਗੜ੍ਹ ਦੇ ਫੂਕਣ ਅੱਛਾ ਫਿਰ ਉਹ ਜਿਹੜੇ ਚੰਡੀਗੜ੍ਹ ਜਦੋਂ ਤੁਸੀਂ ਗੱਲਾਂ ਕਰ ਰਹੇ ਆਪਾਂ ਤੁਸੀਂ ਜੀ ਦੱਸਿਆ 22-23 ਸੈਕਟਰ ਬਣਨਾ ਸ਼ੁਰੂ ਹੋ ਗਿਆ ਬਾਪੂ ਜੀ ਉਹ ਜਿਹੜੇ ਪਿੰਡ ਜਿਹੜੇ ਉਜੜੇ ਜਿਹਨਾਂ ਕਰ ਜਿਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ ਉਹਨਾਂ ਪਿੰਡਾਂ ਦੇ ਨਾਂ ਕਿਸੇ ਦੇ ਯਾਦ ਹੈ ਤੁਹਾਨੂੰ ਦੱਸੋ ਤਾਂ ਉਹ ਆਉਂਦਾ ਯਾਦ ਦੱਸੋ ਕਰਸਾਨ ਕਰਸਾਨ ਹਾਂ ਅੱਛਾ ਹੋਰ ਕਾਲੀਗੜ੍ਹ ਕਾਲੀਗੜ੍ਹ ਕਾਲੀ ਕਾਲੀਗੜ੍ਹ ਕਾਲੀ ਕਾਲੀਗੜ੍ਹ 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 ਇਹ ਇਹ ਇੱਥੇ ਕਾਲੀਗੜ੍ਹ ਦੀ ਜਗ੍ਹਾ 'ਤੇ ਅੱਜ ਕੱਲ੍ਹ ਕਿਹੜਾ ਸੈਕਟਰ ਬਣਿਆ ਪਤਾ ਕੁਛ ਤੁਹਾਨੂੰ ਕਾਲੀਗੜ੍ਹ 8 ਸੈਕਟਰ ਬਣਿਆ 8 ਸੈਕਟਰ ਬਣਿਆ ਉਹ ਕਾਲੀਬੜ ਸੀਗਾ ਉਹ ਵਾਹ ਜੀ ਸਰੋਤੇ ਦੇਖੋ ਜੀ ਕਾਲੀਬੜ ਪਿੰਡ ਦਾ ਨਾਂ ਸੀਗਾ ਜੀ ਜਿੱਥੇ ਅੱਜ ਕੱਲ੍ਹ ਚੰਡੀਗੜ੍ਹ ਦਾ 8 ਸੈਕਟਰ ਹੈ ਹੋਰ ਮਾਤਾ ਜੀ ਤੁਹਾਨੂੰ ਪਿੰਡਾਂ ਦੇ ਨਾਮ ਵੀ ਯਾਦ ਹੈ ਕੋਈ ਨਾਮ ਜਿਹੜੇ ਲਾਗ ਲਾਗ ਬੜੈਲ 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 ਤਾਂ ਹੁਣ ਵੀ ਹੈਗਾ ਬੜੈਲ ਤਾਂ ਹੁਣ ਵੀ ਹੈਗਾ ਖੇੜੀ ਖੇੜੀ ਉਜੜਦੀ ਖੇੜੀ 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 ਇੱਥੇ ਅੱਜ ਕੱਲ੍ਹ ਕਿਹੜਾ ਸੈਕਟਰ ਹੈ ਖੇੜੀ ਆਉਂਦਾ 21 ਸੈਕਟਰ 21 ਸੈਕਟਰ ਵਾਹ ਜੀ ਬਸ ਰੋਤੇ ਖੇੜੀ ਪਿੰਡ ਸੀਗਾ ਜੀ 21 ਸੈਕਟਰ 21 ਨਹੀਂ 20 ਹੈ 20 ਸੈਕਟਰ ਨਾਲ ਨਾਲੇ ਹੈ ਅੱਛਾ ਖੇੜੀ ਪਿੰਡ 20 ਸੈਕਟਰ ਅੱਛਾ ਹੋਰ ਕਿਸੇ ਪਿੰਡ ਦਾ ਨਾਂ ਬਾਪੂ ਜੀ ਹੋਰ ਜਿਹਨਾਂ ਵਿੱਚ ਤੇ ਚੰਡੀਗੜ੍ਹ ਨਿਕਲਿਆ ਖੇੜੀ ਹੋ ਗਿਆ ਇੱਕ ਤਾਂ ਬਿਜਵਾੜਾ ਵੀ ਠੀਕ ਹੋ ਗਿਆ ਬਹੁਤੇ ਯਾਦ ਨੀ ਹੈਗੇ ਹੈ ਇਹਨਾਂ ਦੇ ਵਿੱਚੋਂ ਦੀ ਚੰਡੀਗੜ੍ਹ ਨਿਕਲਿਆ ਉਦੋਂ ਫਿਰ ਅੰਦੋਲਨ ਵੀ ਹੋਇਆ ਉੱਪਰ ਨੂੰ ਹੋ ਕੇ ਗੱਲ ਕਰੋ ਬਾਪੂ ਜੀ ਉਦੋਂ ਫਿਰ ਅੰਦੋਲਨ ਵੀ ਚਲਾਇਆ ਲੋਕਾਂ ਨੇ ਪਿੰਡਾਂ ਵਾਲਿਆਂ ਨੇ ਵੀ ਬਣਨਾ ਨਹੀਂ ਚਾਹੀਦਾ ਪਰ ਫਿਰ ਵੀ ਸਰਕਾਰਾਂ ਨੇ ਬਣਾ ਦਿੱਤਾ ਜਿਹੜੇ ਨਾਲ ਨਾਲ ਦੇ ਪਿੰਡ ਤੇ ਜਿਹਨਾਂ ਦਾ ਉਜਾੜਾ ਹੋਇਆ ਪਿੰਡਾਂ ਦਾ ਹੈ
ਅੱਛਾ ਤੇ ਮਾਤਾ ਜੀ ਤੁਹਾਨੂੰ ਆਪਣੇ ਪਿੰਡ ਦੀ ਯਾਦ ਹੈਗੀ ਪੂਰੇ ਘਰ ਪੁਰਾਣਾ ਤੁਹਾਨੂੰ ਚੇਤੇ ਆਉਂਦਾ ਪੁਰਾਣਾ ਘਰ ਚੇਤੇ ਆਉਂਦਾ ਅੱਛਾ ਕਿੱਥੇ ਕੁ ਸੀਗਾ ਪਿੰਡ 'ਚ ਜਦੋਂ ਵੜਦੇ ਸੀ ਆਪਾਂ ਤੁਹਾਡਾ ਪਿੰਡ ਕੀ ਨਾਮ ਦੱਸਿਆ ਪਿੰਡ ਦਾ ਤੁਸੀਂ ਆਪਣਾ ਬੜਹੇੜੀ ਬੜਹੇੜੀ ਵਿੱਚ ਜਦੋਂ ਵੜਦੇ ਸੀ ਤਾਂ ਉਦੋਂ ਦਾ ਦ੍ਰਿਸ਼ ਹੁਣ ਤਾਂ ਬਦਲ ਗਿਆ ਕਾਫੀ ਦ੍ਰਿਸ਼ ਬੜਹੇੜੀ ਦਾ ਬਦਲ ਗਿਆ ਉਸ ਸਮੇਂ ਦਾ ਕਿਆ ਦ੍ਰਿਸ਼ ਸੀਗਾ ਟੋਭਾ ਸੀਗਾ ਪਿੰਡ 'ਚ ਟੋਭਾ ਦਾ ਵੱਖ ਪਰਦਾ ਅੱਛਾ ਜਦ ਅਸੀਂ ਸੜਕ ਤੇ ਅਸੀਂ ਆਉਂਦੇ ਜਾਂਦੇ ਵੀ ਨੇ ਵਿਆਹਾਂ ਦੇ ਬਾਅਦ ਵੀ ਅੱਛਾ ਵੀ ਸੜਕ ਪਰ ਉਤਰ ਕੇ ਹਾਂ ਫਿਰ ਜਾਈਦਾ ਘਰ ਨੂੰ ਅੱਛਾ ਉੱਥੇ ਦੋ ਕੁ ਘਰ ਮੂਹਰ ਬਾੜੇ ਬੂੜੇ ਜੇ ਹੁੰਦੇ ਤੇ ਮੂਹਰੇ ਅੱਛਾ ਮੂਹਰੇ ਬਾੜੇ ਤੇ ਹਾਂ ਅੱਛਾ ਫਿਰ ਅੰਦਰ ਜਾਣਾ ਅੱਛਾ ਫਿਰ ਦੋ ਘਰ ਇੱਕ ਘਰ ਇੱਧਰ ਨੂੰ ਇੱਕ ਇੱਧਰ ਵੀ ਐਂ ਬਾਹਰ ਦੇ ਮੂਹਰੇ ਚਾਰ ਪੰਜ ਘਰ ਤੇ ਅੱਛਾ ਜਾਂਦੇ ਤੇ ਅੱਛਾ ਹਾਂ ਤੇ ਦਰਖਤ ਲੱਗੇ ਹੋਏ ਸੀਗੇ ਦਰਖਤ ਬਹੁਤ ਦਰਖਤ ਹੁਣ ਵੀ ਬਹੁਤ ਹੈ ਚੰਡੀਗੜ੍ਹ ਦੇ ਵਿੱਚ ਅੱਛਾ ਜਿੱਥੇ ਨੂੰ ਅਸੀਂ ਜਾਂਦੇ ਤੇ ਅੱਛਾ ਉੱਥੇ ਉਹ ਤਾਂ ਬਰੋਟਾ ਦਾ ਅੱਛਾ ਬਰੋਟਾ ਦਾ ਉੱਥੇ ਹਾਂ ਬਰੋਟਾ ਦਾ ਖਤਮ ਹੋ ਗਏ ਸਭ ਬਰੋਟੇ ਨਾ ਸਭ ਖਤਮ ਹੋ ਗਏ ਟੋਬੇਗੜ ਦਾ ਬਰੋਟਾ ਟੋਬੇਗੜ ਦਾ ਹੋਰ ਦਾ ਪਿੱਪਲ ਦਾ ਅੱਛਾ ਬਰੋਟੇ ਦਾ ਆਪਣੇ ਘਰ ਕੰਨੀ ਦਾ ਅੱਛਾ ਉਹ ਬਾਪੂ ਜੀ ਭੁੱਲ ਕੇ ਲੱਗਦਾ ਸਹੁਰੇ ਘੱਟ ਜਾਂਦੇ ਸੀ ਲੱਗਦਾ ਹੁਣ ਗੱਲ ਕਰੀਏ ਬਜ਼ੁਰਗੋ ਕੋਈ ਘਟਨਾ ਜੀਵਨ ਦੀ ਕੋਈ ਜਾਂ ਮਾਤਾ ਜੀ ਤੁਸੀਂ ਭਾਵੇਂ ਸੁਣਾਓ ਕੋਈ ਜਿਹੜੀ ਘਟਨਾ ਤੁਹਾਨੂੰ ਯਾਦ ਆਉਂਦੀ ਹੈ ਬਹੁਤੀ ਭਾਵੇਂ ਵਿਆਹ ਦੀ ਭਾਵੇਂ ਬਚਪਨ ਦੀ ਭਾਵੇਂ ਅੱਗੇ ਪਿੱਛੇ ਕਿਸੇ ਵੀ ਸਮੇਂ ਦੀ ਜਿਹੜੀ ਜ਼ਿੰਦਗੀ ਦੀ ਘਟਨਾ ਜਿਹੜੀ ਚੰਗੀ ਤੁਹਾਨੂੰ ਯਾਦ ਆਉਂਦੀ ਰਹਿੰਦੀ ਅਕਸਰ ਕਿਹੜੀ ਆ ਉਹ ਜ਼ਿੰਦਗੀ ਦੇ ਸ਼ਾਦੀ ਹੋ ਗਈ ਅੱਛਾ ਫਿਰ ਆਪਣਾ ਚੰਗਾ ਮਾਹੌਲ ਹੋ ਗਿਆ ਘਰ ਵਿੱਚ ਵੀ ਠੀਕ ਹੋ ਗਿਆ ਸਹੁਰੇ ਘਰ ਚੰਗਾ ਮਾਹੌਲ ਮਿਲਿਆ ਅੱਛਾ ਜੀ ਐ ਨਹੀਂ ਹੈ ਵੀ ਮਾੜਾ ਮਿਲਿਆ ਠੀਕ ਹੈ ਵਧੀਆ ਮਿਲਿਆ ਹਾਂ ਪਰਿਵਾਰ ਵੀ ਠੀਕ ਤਾਂ ਸਾਰਾ ਦੋ ਭਾਈਆਂ ਦਾ ਪਰਿਵਾਰ ਤਾਂ ਅੱਛਾ ਇੱਕ ਵਿਹੜਾ ਤਾਂ ਇੱਕ ਤਾਂ ਬਹਿੰਦੇ ਤੇ ਗੱਲਾਂ ਬਾਤਾਂ ਕਰਦੇ ਤੇ ਅੱਛਾ ਜੇ ਬਾਜ਼ਾਰ ਆਉਣਾ ਤਾਂ ਦੋਨਾਂ ਨੇ ਇਕੱਠੀਆਂ ਆਉਣਾ ਦਰਾਣੀ ਜਠਾਣੀ ਨੇ ਅੱਛਾ ਆ ਕੇ ਸਮਾਨ ਲੈ ਜਾਣਾ ਇੱਥੇ ਦੇ ਪਿਆਰ ਮੁਹੱਬਤ ਆਪਸ ਵਿੱਚ ਪਿਆਰ ਮੁਹੱਬਤ ਬਹੁਤ ਹੀ ਅੱਛਾ ਉਹਨਾਂ ਦੇ ਨਿਆਣੇ ਪਹਿਲਾਂ ਤੇ ਉਸ ਤੇ ਵੱਡੇ ਤੇ ਅੱਛਾ ਉਹਨਾਂ ਨਿਆਣੇ ਸੋਹਣੇ ਤੇ ਉਹ ਨਿਆਣੇ ਵੀ ਸੋਹਣੇ ਪਿਆਰ ਕਰਦੇ ਤੇ ਅਸੀਂ ਵੀ ਪਿਆਰ ਕਰਦੇ ਤੇ ਬੱਚਿਆਂ ਨੂੰ ਅੱਛਾ ਵੀ ਚਲੋ ਦਿਓਰ ਦਾ ਬੱਚਿਆ ਹੈ ਹਾਂ ਹਾਂ ਘਰ ਦੇ ਬੱਚੇ ਹੈ ਕਿਸੇ ਦਿਓਰ ਦੇ ਦਰਾਣੀ ਦੇ ਹਾਂ ਹਾਂ ਬਸ ਫਿਰ ਸਾਡੇ ਚਾਚਾ ਜੀ ਦੇ ਉਹ ਵੀ ਬਥੇਰੀ ਪਿਆਰ ਕਰਦੇ ਤੇ ਅੱਛਾ ਅੱਛਾ ਸਾਡਾ ਜਿਹੜਾ ਬਾਪੂ ਜੀ ਸਾਡਾ ਤਾਂ ਉਹ ਵੀ ਕਰਦਾ ਤਾ ਪਿਆਰ ਨਹੀਂ ਕੋਈ ਗੱਲ ਜਿਹੜੀ ਯਾਦ ਆਉਂਦੀ ਕੋਈ ਘਟਨਾ ਕਈ ਵਾਰੀ ਕੋਈ ਇਹੋ ਜਿਹਾ ਹੁੰਦੀ ਹੈ ਕੋਈ ਵਾਕਿਆ ਕੋਈ ਯਾਦ ਆਉਂਦਾ ਇਹੋ ਜਿਹਾ ਘਟਨਾ ਘਟਨਾ ਨਹੀਂ ਹੋਈ ਕੋਈ ਵਾਕਿਆ ਕੋਈ ਐਵੇਂ ਗੱਲ ਯਾਦ ਆਈ ਦੀ ਬਚਪਨ ਦੀ ਇੱਕ ਵਾਰੀ ਐ ਹੋ ਗਿਆ ਤਾਂ ਕੁਛ ਐ ਹੋ ਗਿਆ ਤਾਂ ਨਹੀਂ ਇਹੀ ਜੀ ਗੱਲ ਹੋਈ ਹੋ ਨਹੀਂ ਉੱਥੇ ਅੱਛਾ ਵਧੀਆ ਰਿਹਾ ਸਾਰਾ ਕੁਝ ਵਧੀਆ ਰਿਹਾ ਹੈ ਨਾ ਅੱਛਾ 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 ਸਹੇਲੀਆਂ ਨਾਲ ਖੇਡਦੇ ਤੇ ਵਿਚੋਂ ਵੀ ਖੇਡਦੇ ਤੇ ਵਿਚੋਂ ਨਹੀਂ ਸੀ ਖੇਡੇ ਕਦੀ ਗੀਟੇ ਖੇਡਣ ਲੱਗ ਜਾਂਦੇ ਤੇ ਗੀਟੇ ਖੇਡੇ ਤੇ ਹਾਂ ਬੈਠ ਕੇ ਖੇਡਣ ਲੱਗ ਜਾਂਦੀ ਹੁੰਦੀ ਆ ਅੱਛਾ ਗੀਟੇ ਖੇਡਣੇ ਰਹੇ ਬੈਠ ਕੇ ਹਾਂਜੀ ਹਾਂ ਗੋਡਿਆਂ ਪਰ ਬਹਿ ਜਾਣਾ ਹਾਂ ਉਹ ਗੀਟੇ ਟਪਾਈ ਜਾਣੇ ਹੱਥਾਂ ਪਰ ਟਪਾਈ ਜਾਣੇ ਬੜਾ ਵਧੀਆ ਸਮਾਂ ਸੀ ਹੁਣ ਤਾਂ ਨਿਆਣੇ ਗੀਟੇ ਨਵੇਂ ਨਿਆਣੇ ਨੂੰ ਗੀਟੇ ਦਾ ਪਤਾ ਹੀ ਨਹੀਂ ਹੈਗਾ ਨਾ ਜਿਹੜੇ ਕੰਮ ਸਾਰੇ ਵਕਤਾਂ ਮਾ ਤੇ ਉਹ ਹੁੰਦੀਆਂ ਕੁੜੀਆਂ ਨੂੰ ਤਾਂ ਪਤਾ ਹੀ ਨਾ ਖੇਲਦੀਆਂ ਸਮਾਂ ਬਦਲ ਗਿਆ ਨਾ ਬਦਲ ਗਿਆ
ਸਮਾਂ ਬਦਲ ਗਿਆ। ਅੱਛਾ ਬਾਪੂ ਜੀ, ਸਮਾਂ ਪਹਿਲੇ ਵਾਲਾ ਵਧੀਆ ਸੀ ਕਿ ਹੁਣ ਵਾਲਾ ਵਧੀਆ? ਸਮਾਂ ਜਿਹੜਾ ਪਹਿਲੇ ਵਾਲਾ ਵਧੀਆ ਸੀ ਜਾਂ ਹੁਣ ਵਧੀਆ, ਇੱਧਰ ਨੂੰ ਦੇਖ ਕੇ ਗੱਲ ਕਰੋ। ਸਮਾਂ ਤਾਂ ਸਾਰਾ ਵਧੀਆ ਹੀ ਲੰਘਿਆ। ਅੱਛਾ ਨਹੀਂ, ਜੇ ਅੱਜ ਦੇ ਸਮੇਂ ਨਾਲ ਉਹਦੀ ਆਪਾਂ ਤੁਲਨਾ ਕਰੀਏ ਤਾਂ ਮਾਤਾ ਜੀ, ਪਹਿਲਾ ਸਮਾਂ ਵਧੀਆ ਸੀ ਕਿ ਹੁਣ ਵਧੀਆ ਸਮਾਂ? ਸਾਨੂੰ ਤਾਂ ਪਹਿਲਾ ਸਮਾਂ ਵਧੀਆ ਲੱਗਦਾ। ਪਹਿਲਾਂ ਵਧੀਆ ਲੱਗਦਾ, ਉਹਦਾ ਕਾਰਨ? ਉਹਦਾ ਕਾਰਨ ਵੀ ਜਿਸ ਤਰ੍ਹਾਂ ਅਸੀਂ ਸਾਡਾ ਮਨ ਦਾ ਚਾਅ ਪੂਰਾ ਹੁੰਦਾ ਤਾ, ਕਿਸੇ ਨੂੰ ਮਿਲ ਗਿਲ ਕੇ ਇੰਨਾ ਉਹ ਹੁੰਦਾ ਤਾ ਵੀ ਹੁਣ ਸ਼ਹਿਰ ਮਾਂ ਆ ਗਏ, ਹੁਣ ਅਸੀਂ ਸ਼ਹਿਰ ਮਾਂ ਨੀ ਬਹੁਤ ਘੁੰਮ ਸਕਦੀ, ਮੈਂ ਜਾਂਦੀ ਨੀ, ਮੈਂ ਕਿਸੇ ਕੋਈ ਗੱਲ ਹੋ ਜਾਂਦੀ ਉਨੀ ਬਾਕੀ। ਵੈਸੇ ਇਹ ਵੀ ਸੀਗਾ ਨਾ ਪਹਿਲਾਂ ਜਿਹੜਾ ਪਿਆਰ ਮੁਹੱਬਤ ਸਹਿਚਾਰ ਆਂਢੀਆਂ ਗੁਆਂਢੀਆਂ ਨਾਲ, ਪਿਆਰ ਮੁਹੱਬਤ ਤਾਂ ਤੁਹਾਡੇ ਕੋਲ ਹੁਣ ਵੀ ਮੈਂ ਬਥੇਰਾ ਦੇਖਿਆ ਆ ਕੇ। ਮੈਂ ਤਾਂ ਜਿਹੜਾ ਆਉਂਦੇ ਸਾਰ ਜਿਹੜਾ ਦ੍ਰਿਸ਼ ਦੇਖਿਆ ਮਜ਼ਾ ਮੈਨੂੰ ਆ ਗਿਆ। ਤੇ ਪਰੰਤੂ ਉਦੋਂ ਇਹ ਸਮਾਂ ਸੀਗਾ ਵੀ ਆਂਢ ਗੁਆਂਢ ਵੀ, ਹੁਣ ਜਿੱਦਾਂ ਆਪਣਾ ਟੱਬਰ ਤਾਂ ਬੈਠਾ ਪਰ ਆਂਢ ਗੁਆਂਢ ਦੀ ਓਨੀ ਬੋਲਚਾਲ ਨਹੀਂ ਰਹੀ ਜਿੰਨੀ ਪਹਿਲੇ ਸਮਿਆਂ 'ਚ ਹੋਇਆ ਕਰਦੀ ਸੀ। ਅੱਛਾ, ਉੱਥੇ ਬੋਲਚਾਲ ਸਾਰੀ ਉਸੀ ਤਰ੍ਹਾਂ? ਅੱਛਾ, ਪਿੰਡ ਨਾ ਝਿੰਗਣਾ ਬੋਲਬਾਣੀ ਬਹੁਤ ਯਾਦ ਕਰਦੇ ਆ, ਝਿੰਗਣਾ ਯਾਦ ਕਰਦੇ। ਅੱਛਾ, ਸਮਾਂ ਤਾਂ ਠੀਕ ਹੈ। ਅੱਛਾ, ਝਿੰਗਣਾ ਹੁਣ ਜਾਂਦੇ ਹਾਂ ਕਦੇ ਕਦੇ? ਅੱਗੇ ਜਾਂਦੇ, ਜਾਂ ਮੇਰੀ ਰੱਤ ਟੁੱਟ ਗਈ ਉੱਥੇ ਬਾਅਦ ਨਹੀਂ ਜਾਓ, ਇੱਕ ਵਾਰ ਗਈ ਤੀ। ਅੱਛਾ 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 ਅੱਛਾ, ਅਤੇ ਫਿਰ ਹੋਰ ਖਾਣ ਪਾਣ ਜਿਹੜਾ ਸੀਗਾ ਪੁਰਾਣਾ ਉਹ ਵਧੀਆ ਸੀਗਾ? ਅੱਜ ਕੱਲ੍ਹ ਦਾ ਖਾਣ ਪਾਣ ਵੀ ਦੇਖਣ ਨੂੰ ਮਿਲਦਾ? ਖਾਣ ਪੀਣ ਦਾ ਹੁਣ ਵੀ ਵਧੀਆ ਹੈਗਾ, ਐਵੇਂ ਕਹੇ ਖਾਣਾ ਪੀਣ ਤਾਂ ਠੀਕ ਹੈ, ਪਰ ਅੱਗੇ ਜਿਹੜੇ ਅਗਲੇ ਦੇ ਖਾਣੇ ਉਹ ਸਾਗ ਹੋਏ, ਲੱਸੀ ਹੋਏ, ਦਹੀਂ ਹੋਏ, ਮੱਖਣ ਪਾਉਣਾ, ਅੱਛਾ ਉਹ ਹੋਰ ਉਹਦਾ ਸਮਾਂ, ਉਹ ਸਮਾਂ ਹੋਰ ਸੀ, ਉਹ ਹੋਰ ਤਾਂ ਐ ਨਹੀਂ ਹੈ ਵੀ ਕੋਈ ਤੰਗੀ ਦਾ ਕਿਸੇ ਚੀਜ਼ ਦੀ ਆਈਓ ਨਹੀਂ ਹੈ। ਚਲੋ ਚੰਗੀ ਗੱਲ ਹੈ, ਵਧੀਆ ਗੱਲ ਹੈ। ਚਲੋ ਬਹੁਤ ਵਧੀਆ ਲੱਗਿਆ ਜੀ ਗੱਲਬਾਤ ਕਰਕੇ ਤੁਹਾਡੇ ਨਾਲ ਮਾਤਾ ਜੀ, ਅਤੇ ਜਿਹੜੇ ਸਰੋਤੇ ਹੈ ਉਹਨਾਂ ਨੇ ਦੇਖਣਾ ਉਹ ਸਾਨੂੰ ਨਾ ਚੈਨਲ 'ਤੇ ਜਦੋਂ ਤੁਹਾਡੇ ਵਰਗੀਆਂ ਬੇਬੇ ਮਾਤਾ ਨੂੰ ਅਸੀਂ ਇੰਟਰਵਿਊ ਕਰਦੇ ਹਾਂ, ਬਾਪੂ ਜੀ ਨੂੰ ਇੰਟਰਵਿਊ ਕਰਦੇ ਹਾਂ, ਤਾਂ ਇੱਕ ਤਾਂ ਸਾਨੂੰ ਬੜਾ ਮਜ਼ਾ ਆਉਂਦਾ ਆਪਣੇ ਆਪ ਨੂੰ ਗੱਲਾਂ ਕਰਕੇ। ਹੁਣ ਤੁਸੀਂ ਗੱਲਾਂ ਸੁਣਾਈਆਂ, ਆਪਣੇ ਸਹੇਲੀਆਂ ਦੇ ਨਾਂ ਸਭ ਦੱਸੇ, ਹੈ ਨਾ, ਖੇਡਾਂ ਖੇਡਦੇ ਸੀ ਦੱਸੇ, ਪਿੰਡ ਦਾ ਤੁਸੀਂ ਦ੍ਰਿਸ਼ ਵੀ ਸਮਝਾਇਆ, ਹੈ ਨਾ, ਤਾਂ ਉਹ ਬੜਾ ਵਧੀਆ ਲੱਗਿਆ, ਬਹੁਤ ਚੰਗਾ ਲੱਗਦਾ ਤਾ। ਜਾਣੀ ਹੁਣ ਅਸੀਂ ਇੱਥੇ ਆ ਗਏ, ਪਿੰਡ ਦਾ ਸੜਕ ਬਹੁਤ। ਅੱਛਾ, ਇਹ ਜਿਹੜੇ ਹੁਣ ਸਰੋਤੇ ਦੇਖ ਰਹੇ ਆ ਤੁਹਾਨੂੰ, ਇਹਨਾਂ ਨੇ ਦੇਖਣਾ ਆਪਣੇ ਆਪਣੇ ਫੋਨਾਂ ਪਰ ਲੈ ਕੇ ਦੇਖਣਾ ਸਰੋਤਿਆਂ ਨੇ, ਇਹਨਾਂ ਨੂੰ ਵੀ ਕੋਈ ਸੁਨੇਹਾ ਜੀਵਨ ਜਾਂਚ ਦਾ ਕਿਆ ਤੁਸੀਂ ਦਿੰਦੇ ਹੋ ਵੀ ਕਿੱਦਾਂ ਦਾ ਜੀਵਨ ਹੋਣਾ ਚਾਹੀਦਾ, ਕਿੱਦਾਂ ਦਾ ਜੀਵਨ ਜੀਣਾ ਚਾਹੀਦਾ, ਕੋਈ ਗੱਲਬਾਤ ਦੱਸੋ। ਜੀਵਨ ਦਾ ਸਹੀ ਘਰਦਿਆਂ ਨਾਲ ਮੇਲ ਮਿਲਾਪ, ਬਹੁਤ ਜ਼ਰੂਰੀ ਹੈ ਨਾ ਘਰਦਿਆਂ ਨਾਲ ਮੇਲ ਮਿਲਾਪ, ਬੜੀ ਵੱਡੀ ਗੱਲ ਹੈ ਇਹ ਮੇਲ ਮਿਲਾਪ ਜੀ ਦਾ। ਮੇਲ ਮਿਲਾਪ ਹੈ ਨਾ ਘਰਦਿਆਂ ਦੇ ਨਾਲ ਆਪਣੇ ਪਰਿਵਾਰ ਨਾਲ, ਉਹਦੀ ਵਰਗੀ ਤਾਂ ਰੀਸੇ ਕੋਈ ਨੀ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ। ਹੁਣ ਸਾਡਾ ਪਰਿਵਾਰ ਬੈਠੇ ਅਸੀਂ ਇੱਥੇ, ਆ ਦੇਖੋ ਸਰੋਤਿਓ ਆ ਬੈਠਾ ਜੀ ਪੂਰਾ ਪਰਿਵਾਰ, ਹੈ ਮਜ਼ੇਦਾਰ ਚੀਜ਼ ਹੈ, ਇਹਨਾਂ ਦੇ ਬੇਟਾ ਜੀ ਬੈਠੇ ਹੈ। ਹਾਂਜੀ ਬਲਵਿੰਦਰ ਜੀ, ਹਾਂਜੀ, ਕਿਸ ਤਰ੍ਹਾਂ ਲੱਗਦਾ? ਤੁਹਾਡਾ ਨਾਂ ਬਲਵਿੰਦਰ ਸਿੰਘ, ਬਾਪੂ ਜੀ ਦਾ ਨਾਂ ਗੁਰਦੇਵ ਸਿੰਘ? ਗੁਰਦੇਵ ਸਿੰਘ, ਬਾਪੂ ਜੀ ਦਾ ਨਾਂ ਗੁਰਦੇਵ ਸਿੰਘ ਹੈ। ਅੱਛਾ, ਠੀਕ ਹੋ ਗਿਆ, ਗੁਰਦੇਵ ਸਿੰਘ ਜੀ ਅਤੇ ਬਲਵਿੰਦਰ ਸਿੰਘ ਜੀ। ਬਲਵਿੰਦਰ ਸਿੰਘ ਜੀ ਕਿੱਦਾਂ ਲੱਗਦਾ, ਵਧੀਆ ਬਾਪੂ ਜੀ ਦੀ ਸੰਗਤ ਦੇ ਵਿੱਚ ਮਜ਼ਾ ਆਉਂਦਾ? ਬਾਪੂ ਸੇਵਾ ਕਰਕੇ ਬੜਾ ਮਜ਼ਾ ਆ ਰਿਹਾ। ਹਾਏ ਹਾਏ ਹਾਏ, ਸੇਵਾ ਕਰਕੇ ਮਜ਼ਾ ਆ ਰਿਹਾ, ਦੇਖੋ ਸਰੋਤਿਓ ਆਹ ਹੁੰਦੀ ਅਸਲੀ ਗੱਲ, ਬਸ ਮਜ਼ਾ ਜਾਂਦਾ ਆ ਜਦੋਂ ਬੇਟਾ ਕਹੇ ਪੁੱਤਰ ਕਹੇ ਕਿ ਬਾਪੂ ਦੀ ਸੇਵਾ ਕਰਕੇ ਮਜ਼ਾ ਆਉਂਦਾ। ਸਾਡੀ ਵੈਫ ਇਹ ਇਹਨਾਂ ਦੇ ਮਿਸਿਜ਼ ਹੈ ਜੀ, ਬਲਵਿੰਦਰ ਦੇ ਬਾਪੂ ਜੀ ਦੀ ਨੂੰਹ ਹੈ, ਔਰ
ਚੰਗਾ ਲੱਗਦਾ ਜੀ ਬਾਪੂ ਜੀ ਦੇ ਨਾਲ ਤੁਸੀਂ ਇੱਕੋ ਕਮਰੇ 'ਚ ਸਾਰੇ ਬੈਠੇ ਸੀ ਜਦੋਂ ਮੈਂ ਆਇਆ ਹੈ ਰੋਟੀ ਵੀ ਇੱਥੇ ਹੀ ਬੈਠ ਕੇ ਖਾਂਦੇ ਆ ਇੱਥੇ ਰਹਿੰਦੇ ਅੱਛਾ ਇੱਥੇ ਰੋਟੀ ਲਿਆਉਂਦੇ ਆ ਇੱਥੇ ਬੈਠ ਕੇ ਖਾਂਦੇ ਆ ਹਾਂਜੀ ਰੋਟੀ ਬਣਾਉਣੀ ਇੱਥੇ ਹੀ ਖਾਣੀ ਬੈਠ ਕੇ ਇਹਨਾਂ ਦੇ ਕੋਲ ਸਾਰੇ ਨਹੀਂ ਇਕੱਠਿਆਂ ਨੇ ਖਾਣੀ ਰੋਟੀ ਰੋਟੀ ਇਕੱਠਿਆਂ ਨੇ ਖਾਣੀ ਹੈ ਹਾਂਜੀ ਚਾਰਾਂ ਮੈਂਬਰਾਂ ਨੇ ਚਾਰਾਂ ਮੈਂਬਰਾਂ ਨੇ ਇੱਥੇ ਹੀ ਖਾਣੀ ਹੈ ਹਾਂਜੀ ਵਾਹ ਜੀ ਵਾਹ ਦੇਖੋ ਜੀ ਸਰੋਤਿਓ ਮਜ਼ਾ ਆ ਗਿਆ ਅੱਜ ਤਾਂ ਨਾ ਜੀ ਬਹੁਤ ਮਨ ਮੇਰਾ ਖੁਸ਼ ਹੋ ਗਿਆ ਵੀ ਰੋਟੀ ਵੀ ਇਕੱਠਿਆਂ ਨੇ ਖਾਣੀ ਹੈ ਬਹਿਣਾ ਵੀ ਇਕੱਠਿਆਂ ਨੇ ਗੱਲਾਂ ਵੀ ਇਕੱਠਿਆਂ ਨੇ ਮਾਰਨੀਆਂ ਸਾਡੇ ਇੱਥੇ ਪਿੰਡ 'ਚ ਗਣਾ ਜੀ ਹੈ ਪਿੰਡ ਚਿੰਗੜਾ ਤੁਹਾਡਾ ਸਾਡੇ ਬਾਪੂ ਜੀ ਨਾਲ ਇੱਧਰ ਜੀ ਸੀਗੇ ਤੁਸੀਂ ਅੱਛਾ ਜੀ ਉੱਥੇ ਧਿਆਨਪੁਰੇ ਆਪਣਾ ਜੀ ਸੀ ਨਾ ਥੋੜ੍ਹੀ ਇੰਟਰਵਿਊ ਹੋਈ ਹੈ ਧਿਆਨਪੁਰੇ ਵਾਲੇ ਬਾਪੂ ਜੀ ਦੀ ਉਹਦੇ ਨਾਮ ਸੀ ਜਮਾਤੀ ਦਾ ਹਾਂ ਸਾਡੇ ਬਾਪੂ ਜੀ ਬੜੇ ਸੀ ਉਹ ਅੱਛਾ ਬੜੇ ਸੀ ਨਾ ਹੈ ਸਾਡੇ ਵਿੱਚ ਗਣਾ ਦਿਓ ਅੱਛਾ ਇੰਦਰਜੀਤ ਸਿੰਘ ਔਰ ਮਹਿੰਦਰ ਸਿੰਘ ਇੰਦਰ ਸਿੰਘ ਇੰਦਰਜੀਤ ਤੇ ਮਹਿੰਦਰ ਸਿੰਘ ਦਾ ਨਾਮ ਲਿਆ ਸੀ ਉਹਨਾਂ ਨੇ ਹਾਂ ਹਾਂ ਵਾਹ ਜੀ ਵਾਹ ਇਹਨਾਂ ਥੋੜੇ ਬੜੇ ਜਿਹੇ ਉਹ ਅੱਛਾ ਹੋਈ ਉੱਪਰ ਹੈ ਫੌਜ ਸੀ ਉਹ ਵੀ ਅੱਛਾ 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 ਵਾਹ ਜੀ ਵਾਹ ਦੇਖੋ ਜੀ ਸਰੋਤਿਓ ਤੁਹਾਨੂੰ ਬਹੁਤ ਵਧੀਆ ਪਰਿਵਾਰ ਨਾਲ ਮਿਲਾਇਆ ਮਾਤਾ ਜੀ ਨਾਲ ਮਿਲਾਇਆ ਬਾਪੂ ਜੀ ਨਾਲ ਮਿਲਾਇਆ ਔਰ ਗੱਲਾਂ ਹੋਈਆਂ ਪੁਰਾਣੇ ਸਮਿਆਂ ਦੀਆਂ ਔਰ ਸਭ ਤੋਂ ਵੱਡੀ ਗੱਲ ਹੈ ਪਿਆਰ ਮੁਹੱਬਤ ਆਪਸੀ ਪਰਿਵਾਰ ਦੇ ਵਿੱਚ ਸਾਂਝ ਦੇਖਣ ਨੂੰ ਮਿਲੀ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇਹ ਵਲੌਗ ਵੀਡੀਓ ਸ਼ੇਅਰ ਜ਼ਰੂਰ ਕਰਿਓ ਔਰ ਕਮੈਂਟ ਵੀ ਜਿਹੜੇ ਟਿੱਪਣੀ ਵੀ ਤੁਸੀਂ ਆਪਣੀ ਜ਼ਰੂਰ ਇਸ ਪਰਿਵਾਰ 'ਤੇ ਦੇਣੀ ਹੈ ਠੀਕ ਹੈ ਬਾਪੂ ਜੀ ਬਾਏ ਬਾਏ ਕਰ ਦਈਏ ਫਿਰ ਆਪਾਂ ਟਾਟਾ ਕਰ ਦਿਓ ਫਿਰ ਹੱਥ ਚੱਕ ਕੇ ਉੱਪਰ ਵਾਹ ਜੀ ਵਾਹ ਵਾਹ ਜੀ ਵਾਹ ਸ਼ੁਕਰੀਆ ਜੀ